ਸਤਿ ਸ਼੍ਰੀ ਅਕਾਲ ਜੀ ਮੈਂ ਨਵਦੀਪ ਧਾਲੀਵਾਲ ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਇਹ ਪ੍ਰੋਗਰਾਮ ਹੈ ਜਿਹੜਾ ਹੁੰਦਾ ਹੈ ਹਫ਼ਤੇ ਦੇ ਵਿੱਚ ਦੋ ਦਿਨ ਲਾਈਵ ਅਸੀਂ ਲੈ ਕੇ ਆਉਂਦੇ ਹਾਂ ਵੱਖੋ ਵੱਖ ਅਖ਼ਬਾਰਾਂ ਦੀਆਂ ਸਰਗਰਮੀਆਂ ਤੁਸੀਂ ਵੀ ਜੁੜਦੇ ਹੋ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜਿਸ ਤਰ੍ਹਾਂ ਲਗਾਤਾਰ ਦੋ ਨੰਬਰ ਸਕਰੀਨ 'ਤੇ ਫਲੈਸ਼ ਹੋ ਰਹੇ ਨੇ ਇਹਨਾਂ ਨੰਬਰਾਂ 'ਤੇ ਤੁਸੀਂ ਸਾਨੂੰ ਕਾਲ ਕਰਨੀ ਹੈ ਅਤੇ ਸਿੱਧਮ ਸਿੱਧਾ ਰਾਬਤਾ ਅਪਣਾਉਣਾ ਜੀ ਚੰਡੀਗੜ੍ਹ ਸਟੂਡੀਓ ਦੇ ਵਿੱਚ ਪਹਿਲਾ ਨੰਬਰ ਹੈਗਾ 88 923 2656 ਦੁਨੀਆ ਦੇ ਕਿਸੇ ਵੀ ਮੁਲਕ ਦੇ ਵਿੱਚ ਤੁਸੀਂ ਬੈਠੇ ਹੋ ਡਾਇਰੈਕਟ ਤੁਸੀਂ ਇਸ ਨੰਬਰ 'ਤੇ ਸਾਡੇ ਨਾਲ ਆਪਣਾ ਰਾਬਤਾ ਕਾਇਮ ਕਰ ਸਕਦੇ ਹੋ ਅਤੇ ਅਗਲਾ ਨੰਬਰ ਹੈਗਾ ਜੋ ਭਾਰਤ ਅਤੇ ਪੰਜਾਬ ਦੇ ਵਸਨੀਕਾਂ ਦੇ ਲਈ ਹੈਗਾ ਉਹ ਹੈਗਾ 88 725 88 85 ਤੁਹਾਡੇ ਪਿੰਡ ਤੁਹਾਡੇ ਸ਼ਹਿਰ ਤੁਹਾਡੇ ਗਲੀ ਮੁਹੱਲੇ ਦੀ ਕੋਈ ਵੀ ਵੱਡੀ ਖਬਰ ਹੁੰਦੀ ਹੈ ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਇਸ ਨੰਬਰ 'ਤੇ ਕਾਲ ਕਰਕੇ ਸਾਂਝੀ ਕਰ ਸਕਦੇ ਹੋ ਪ੍ਰੋਗਰਾਮ ਨੂੰ ਲਗਾਤਾਰ ਤੁਸੀਂ ਲਾਈਵ ਵੇਖ ਰਹੇ ਹੋ ਫੇਸਬੁੱਕ 'ਤੇ ਵੀ ਇਹ ਪ੍ਰੋਗਰਾਮ ਲਾਈਵ ਜਾ ਰਿਹਾ ਆਪਣੇ ਸੁਝਾਅ ਅਤੇ ਸਵਾਲ ਜਿਹੜੇ ਨੇ ਉਹ ਕਮੈਂਟ ਦੇ ਜ਼ਰੀਏ ਤੁਸੀਂ ਉੱਥੇ ਵੀ ਰੱਖ ਸਕਦੇ ਹੋ ਅਤੇ ਹੁਣ ਅਸੀਂ ਸਵਾਗਤ ਕਰਾਂਗੇ ਇਸ ਪ੍ਰੋਗਰਾਮ ਦਾ ਅਹਿਮ ਹਿੱਸਾ ਜਗਤਾਰ ਸਿੰਘ ਸਿੱਧੂ ਜੀ ਦਾ ਸਤਿ ਸ਼੍ਰੀ ਅਕਾਲ ਸਰ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸੁਆ ਸੁਆ ਆਪਣੇ ਦਰਸ਼ਕਾਂ ਨਾਲ ਗੱਲਬਾਤ ਕਰਨ ਲਈ ਮੌਕਾ ਦਿੰਦੇ ਹੋ ਬਹੁਤ ਮਿਹਰਬਾਨੀ ਜੀ ਸਾਡੇ ਸਾਰੇ ਦਰਸ਼ਕ ਜਾਣਦੇ ਨੇ ਕਿ ਸਿੱਧੂ ਸਾਹਿਬ ਉਹ ਸ਼ਖਸੀਅਤ ਨੇ ਜੋ ਹਰ ਖਬਰ 'ਤੇ ਤਿੱਖੀ ਨਜ਼ਰ ਰੱਖਦੇ ਨੇ ਲਾਈਵ ਪ੍ਰੋਗਰਾਮ ਦੇ ਵਿੱਚ ਆਉਂਦੇ ਨੇ ਅਤੇ ਤੁਹਾਨੂੰ ਸਭ ਨੂੰ ਸਮਾਂ ਰਹਿੰਦੇ ਆ ਬਹੁਤ ਸਾਰੀਆਂ ਗੱਲਾਂ ਨੇ ਐਸੀਆਂ ਦੱਸ ਜਾਂਦੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਨਤੀਜੇ ਵੀ ਸਾਨੂੰ ਪਤਾ ਲੱਗ ਜਾਂਦੇ ਨੇ ਕਿ ਹਾਂ ਸਿੱਧੂ ਸਾਹਿਬ ਨੇ ਪੁਰਾਣੇ ਪ੍ਰੋਗਰਾਮ ਦੇ ਵਿੱਚ ਜਿਹੜੀ ਇਹ ਗੱਲ ਕਹੀ ਸੀ ਸੋ ਅੱਜ ਦੀਆਂ ਖਬਰਾਂ ਹਰ ਵਾਰ ਦੀ ਤਰ੍ਹਾਂ ਅਹਿਮ ਨੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਿ ਜਿਹੜੀ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਚੱਲ ਰਹੇ ਨੇ ਇੱਕ ਵਾਰ ਫਿਰ ਤੋਂ ਹਰ ਮਾਮਲੇ 'ਤੇ ਧਰਨੇ ਪ੍ਰਦਰਸ਼ਨ ਸ਼ੁਰੂ ਹੋ ਗਏ ਨੇ ਉਹ ਭਾਵੇਂ ਪਾਣੀਆਂ ਦਾ ਮਾਮਲਾ ਹੋਵੇ ਉਹ ਭਾਵੇਂ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਹੋਵੇ ਅਤੇ ਇੱਕ ਦੂਜੇ 'ਤੇ ਬਿਆਨ ਬਿਆਜੀ ਬਾਜੀ ਹੈ ਜਿਹੜੀ ਉਹ ਤਾਂ ਚੱਲਦੀ ਹੀ ਰਹਿੰਦੀ ਹੈ ਸੋ ਗੱਲ ਜੇ ਕੀਤੀ ਜਾਵੇ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਯਾਨੀ ਹਰਪ੍ਰੀਤ ਸਿੰਘ ਦੀ ਜਿਨ੍ਹਾਂ ਵੱਲੋਂ ਇੱਕ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਕਈ ਜਥੇਬੰਦੀਆਂ ਦੇ ਕਾਰਨ ਜਿਹੜੀ ਸ਼੍ਰੋਮਣੀ ਕਮੇਟੀ ਹੈ ਉਹ ਕਮਜ਼ੋਰ ਹੋ ਗਈ ਹੈ ਤਾਂ ਇਸ ਬਿਆਨ ਨੂੰ ਲੈ ਕੇ ਬਹੁਤ ਸਾਰੇ ਆਗੂਆਂ ਵੱਲੋਂ ਬਹੁਤ ਸਾਰੇ ਜਿਹੜੇ ਰਾਜਨੀਤਿਕ ਆਗੂ ਨੇ ਉਹਨਾਂ ਵੱਲੋਂ ਵੀ ਬਿਆਨ ਸਾਹਮਣੇ ਆ ਰਹੇ ਨੇ ਸਭ ਤੋਂ ਪਹਿਲਾਂ ਜੇ ਗੱਲ ਕੀਤੀ ਜਾਵੇ ਸੰਸਦ ਮੈਂਬਰ ਰਵਨੀਤ ਬਿੱਟੂ ਦੀ ਤਾਂ ਉਹਨਾਂ ਨੇ ਕਿਹਾ ਕਿ ਇਸ ਦੇ ਵਿੱਚ ਕਿਸੇ ਹੋਰ ਦਾ ਦੋਸ਼ ਨਹੀਂ ਤਾਂ ਉਸਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਜਿਹੜੀ ਉਹ ਕਮਜ਼ੋਰ ਨਹੀਂ ਹੋਈ ਉਸਨੂੰ ਕਮਜ਼ੋਰ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਉਹ ਸੰਸਥਾ ਜਿਸ ਨੂੰ ਲੋਕਾਂ ਤੱਕ ਪਹੁੰਚਾਉਣਾ ਸੀ ਬਾਬਾ ਨਾਨਕ ਜਿਸਨੇ ਪੂਰੀ ਦੁਨੀਆ ਦੇ ਵਿੱਚ ਜਿਹੜੇ ਗਏ ਜਿਨ੍ਹਾਂ ਨੇ ਜਾ ਕੇ ਲੋਕਾਂ ਨੂੰ ਚੰਗਾ ਰਾਹ ਦਿਖਾਇਆ ਚੰਗੀਆਂ ਸਿੱਖਿਆਵਾਂ ਦਿੱਤੀਆਂ ਪਰ ਸ਼੍ਰੋਮਣੀ ਕਮੇਟੀ ਹੈ ਜੋ ਉਹ ਪੰਜਾਬ ਦੇ ਵਿੱਚ ਹੀ ਪ੍ਰੋਪਰ ਆਪਣਾ ਪਸਾਰਾ ਨਹੀਂ ਕਰ ਪਾਈ ਪੰਜਾਬ ਦੇ ਲੋਕਾਂ ਨੂੰ ਹੀ ਪ੍ਰੋਪਰ ਜਿਹੜਾ ਜਾਗਰੂਕ ਨਹੀਂ ਕਰ ਪਾਈ ਜੋ ਬਾਬੇ ਨਾਨਕ ਦੀਆਂ ਸਿੱਖਿਆਵਾਂ ਸੀ ਜਾਂ ਸਾਰੇ ਗੁਰੂਆਂ ਦੀਆਂ ਸਿੱਖਿਆਵਾਂ ਸੀਗੀਆਂ ਗੁਰਬਾਣੀ ਦਾ ਪ੍ਰਚਾਰ ਸੀਗਾ ਪ੍ਰੋਪਰ ਜਿੱਥੇ ਜਿੱਥੇ ਕਰਨਾ ਚਾਹੀਦਾ ਸੀ ਉਹ ਨਹੀਂ ਕਰ ਪਾਈ ਤਾਂ ਇਸ ਦੇ ਵਿੱਚ ਕਿਸੇ ਹੋਰ ਦੀ ਕੋਈ ਗੁੰਜਾਇਸ਼ ਕਹਿ ਨਹੀਂ ਸਕਦੇ ਆਪਾਂ ਤਾਂ ਜਿਹੜੀਆਂ ਗਲਤੀਆਂ ਨੇ ਉਹ ਇਸ ਦੇ ਵਿੱਚ ਰਹਿ ਕੇ ਹੀ ਹੋਈਆਂ ਨੇ ਕਿਹੜੇ ਕਿਹੜੇ ਲੋਕ ਇਹਦੇ ਵਿੱਚ ਸ਼ਾਮਿਲ ਨੇ ਉਹਨਾਂ ਨੇ ਆਪਣੀ ਟਵੀਟ ਦੇ ਵਿੱਚ ਬਿਲਕੁਲ ਸਾਫ਼ ਕਿਹਾ ਸੋ ਇਸੇ ਗੱਲਬਾਤ 'ਤੇ ਆਪਾਂ ਬਣਾਂਗੇ ਸਿੱਧੂ ਸਾਹਿਬ ਨਾਲ ਸਿੱਧੂ ਸਾਹਿਬ ਤੁਹਾਡਾ ਕੀ ਕਹਿਣਾ ਜੀ ਨਿਵਦੀਪ ਬਹੁਤ ਵੱਡਾ ਇਸ਼ੂ ਹੈ ਇੰਨੀ ਗੱਲ ਵੀ ਨਹੀਂ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੋਈ ਭੂਮਿਕਾ ਨਹੀਂ ਰਹੀ ਜਿਹੜੇ ਵਿਰੋਧੀ ਹੈਗੇ ਹੈ ਉਹ ਅਕਸਰ ਜਿਹੜਾ ਸ਼੍ਰੋਮਣੀ ਕਮੇਟੀ ਬਾਰੇ ਮੈਨੂੰ ਯਾਦ ਹੈ ਜਥੇਦਾਰ ਗੁਰਚਰਨ ਸਿੰਘ ਟੌੜਾ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੀ ਲੰਬਾ ਸਮਾਂ ਪ੍ਰਧਾਨ ਰਹੇ ਹੈ ਉਹਨਾਂ ਦੇ ਸਮੇਂ 'ਚ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਦੋਂ ਇੱਕ ਵੱਖਰਾ ਐਂਗਲ ਸੀ ਅਟੈਕ ਹੋਇਆ ਕਿ ਵੀ ਕਾਫੀ ਕੁਝ ਕਿਹਾ ਜਾ ਰਿਹਾ ਇੱਥੋਂ ਤੱਕ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੋਈ ਜ਼ਰੂਰਤ ਨਹੀਂ ਹੈ ਇਹ ਸਿੱਖਾਂ ਦੀ ਨੁਮਾਇੰਦਗੀ ਨਹੀਂ ਕਰਦੀ ਬਹੁਤ ਸਾਰੇ ਸਵਾਲ ਉੱਠਦੇ ਰਹੇ ਜਥੇਦਾਰ ਟੌੜੀ ਦਾ ਇਹ ਗੱਲ ਕਹਿਣਾ ਸੀ ਕਿ ਇਹ ਠੀਕ ਹੈ ਕਿ ਇਹਦੇ ਬਾਰੇ ਮਤਭੇਦ ਹੋ ਸਕਦੇ ਹੈ ਕਿ ਸ਼੍ਰੋਮਣੀ ਕਮੇਟੀ ਦੀ ਕਾਰਗੁਜ਼ਾਰੀ ਬਾਰੇ ਪਰ ਇਹ ਸੰਸਥਾ ਦਾ ਰਹਿਣਾ ਬਹੁਤ ਜ਼ਰੂਰੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਨੁਮਾਇੰਦਾ ਜਮਾਤ ਹੈਗੀ ਹੈ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਵੀ ਇਹ ਗੱਲ ਜਿਹੜੀ ਕਿ ਜ਼ਰੂਰ ਸਾਂਝੀ ਕਰਨੀ ਚਾਹਾਂਗੇ ਕਿ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜ਼ਿਕਰ ਆਉਂਦਾ ਆਪਣੇ ਆਪ 'ਚ ਇਹ ਬਹੁਤ ਵੱਡੀ ਗੱਲ ਹੈ ਸ਼ਾਇਦ ਦੁਨੀਆ ਦੇ ਵਿੱਚ ਇੱਕ ਵਿਲੱਖਣ ਕਿਸਮ ਦੀ ਸੰਸਥਾ ਹੈਗੀ ਹੈ ਜਿਹੜੀ ਧਾਰਮਿਕ ਹੈ ਪਰ ਡੈਮੋਕ੍ਰੇਟਿਕ ਹੈ ਇਹ ਵੱਖਰੀ ਗੱਲ ਹੈ ਕਿ ਪਰਿਸਥਿਤੀਆਂ ਨੇ ਉਹਦੀ ਡੈਮੋਕ੍ਰੇਸੀ ਨੂੰ ਵੀ ਗੰਧਲਾ ਕਰਤਾ ਕਈ ਮਾਮਲਿਆਂ 'ਚ ਜੇ ਆਪਾਂ ਗੱਲ ਕਰਦੇ ਹਾਂ ਤਾਂ ਹੁਣ ਜਿੱਦਾਂ ਦੇ ਸਵਾਲ ਉੱਠ ਰਹੇ ਹੈ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਯੋਗਦਾਨ ਉਹ ਵੀ ਨਹੀਂ ਭੁਲਾਇਆ ਜਾ ਸਕਦਾ ਜਿਸ ਤਰੀਕੇ ਨਾਲ ਲੰਬੇ ਸਮੇਂ ਤੋਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਾਲਜ ਯੂਨੀਵਰਸਿਟੀਆਂ ਹੋਰ ਬਹੁਤ ਸਾਰੇ ਮੁੱਦੇ ਹੈ ਜਿਹੜਾ ਹੈਗਾ ਲੰਗਰ ਪ੍ਰਥਾ ਜਿਹਨਾਂ ਨੂੰ ਸਾਂਭ ਕੇ ਬਹੁਤ ਕੁਝ ਸਾਂਭ ਕੇ ਸਾਡੇ ਵਿਰਸੇ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਚਲਾਇਆ ਪਰ ਜਿਹੜਾ ਮੌਜੂਦਾ ਸਵਾਲ ਹੈ ਜੋ ਨਵਦੀਪ ਹੋਣੀ ਜਿਸ ਗੱਲ ਦੇ ਕਹਿ ਰਹੇ ਹੈ ਅਸੀਂ ਜੇ ਵਿਰੋਧੀਆਂ ਦੀ ਗੱਲ ਨਾ ਵੀ ਕਰੀਏ ਤਾਂ ਜਿਹੜੇ ਪੰਥਕ ਹਲਕੇ ਜੋ ਉਹਨਾਂ ਦੀ ਗੱਲ ਕਰੀਏ ਪੰਥਕ ਹਲਕਿਆਂ ਦੇ ਅੰਦਰ ਵੀ ਇਸ ਗੱਲ 'ਤੇ ਬੜੀ ਵੱਡੀ ਬੇਚੈਨੀ ਹੈ ਜਦੋਂ ਅਕਾਲ ਤਖ਼ਤ ਦੇ ਜਥੇਦਾਰ ਹੀ ਇਹ ਗੱਲ ਕਹਿਣ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਮਜ਼ੋਰ ਹੋਈ ਹੈ ਅਤੇ ਜੇ ਕਮਜ਼ੋਰ ਹੋਈ ਹੈ ਤਾਂ ਫਿਰ ਇਸ 'ਤੇ ਸਵਾਲ ਤਾਂ ਉੱਠਣਾ ਹੀ ਹੈ ਜੇ ਜਥੇਦਾਰ ਸਾਹਿਬ ਵੀ ਇਹ ਗੱਲ ਕਹਿ ਰਹੇ ਹੈ ਆਪਾਂ ਜਿੱਦਾਂ ਕਹਿ ਕੇ ਬਾਹਰਲਿਆਂ ਬਾਰੇ ਨਾਂ ਵੀ ਕਹੀਏ ਹੁਣ ਪਿਛਲੇ ਦਿਨਾਂ 'ਚ ਮਨਪ੍ਰੀਤ ਵਾਲੀ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦਾ ਜਿਹੜੇ ਹੈਗੇ ਹੈ ਵਿਧਾਇਕ ਹੈਗੇ ਹੈ
उन्हां वल्लों पिछले दिनां दे विच जदों राष्ट्रपति दीआं वोटां दी नवदीप गल आई तो उन्होंने वोट नहीं पाई। उन्होंने कहा भी असीं क्यों वोट पाईए, कांग्रेस नूं वोट नहीं पाई जा सकती। इस तरीके नाल जिहड़ी भाजपा हैगी आ उसनूं वोट नहीं पाई जा सकती, क्योंकि भाजपा ने भी बहुत सारे मुद्दों से पंजाब दे नाल बिट्रे किया, बेशक दावेदारी करते हैं। तो उन्हां दा कहना सी कि मैनूं पुछा तक नहीं गया। जो इस तरह का गैर संविधानक ढंग तरीका श्रोमणी अकाली दल का जिक्र आप इस करके कर रहे हैं क्योंकि श्रोमणी अकाली दल ही जिहड़ा हैगा जिहड़े श्रोमणी गुरद्वारा प्रबंधक कमेटी के मैंबर है उन्होंने राही आते हैं। और अज तक दी जिहड़ियां इलैक्शन जिहड़ियां पिछले समय दा आपां लंबे समय की गल करिए तो श्रोमणी अकाली दल की टिकट के उत्ते कह लो जां उन्हां दी नुमाइंदगी के उत्ते कह लो जिहड़े मैंबर बनते रहे हैं उन्हां दा ही श्रोमणी कमेटी च दबदबा जां सारा जिहड़ा सिस्टम है चलता है। इस करके जो अकाली दल कमज़ोर हो गया, अकाली दल वर कहा गया कि भी अकाली दल जिहड़ा हैगा वो अपने ढंग तरीके नवदीप जिहड़ा हैगा श्रोमणी गुरद्वारा प्रबंधक कमेटी नूं इस्तेमाल करता है, राष्ट्रीय मंतव लई इस्तेमाल करता है, सो कमजोरियां दा सवाल नवदीप इस करके उठ रहा है कि जिहड़ी अकाली दल की लीडरशिप है उसने ही इस नूं कमज़ोर करन दा उपराला कीता। बहुत सारे सवाल आए इहदे ते आपां चर्चा जारी रखांगे, आपां मेहमानां दी जिहड़ी अपने कॉलरस हैगे उन्हां दी भी राय लै लईए क्योंकि ऐसी ही बहस है ਜਿਹਦੇ ਤੇ ਲੰਬੀ ਗੱਲ ਹੋ ਸਕਦੀ ਹੈ। ਜੀ ਨਵਦੀਪ ਤੇ ਕਾਲਰ ਵੀ ਸਾਡੇ ਨਾਲ ਪੜ ਕੇ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਹੈਲੋ, ਹਾਂਜੀ ਆਨਰ ਹੋ ਤੁਸੀਂ, ਸਵਾਗਤ ਹੈ ਤੁਹਾਡਾ। ਕਾਲ ਹੈ ਜਿਹੜੀ ਡ੍ਰੌਪ ਹੋ ਗਈ ਤਾਂ ਵਾਕਈ ਸੰਪਰਕ ਨਹੀਂ ਬਣ ਪਾ ਰਿਹਾ। ਜੀ ਬਿਲਕੁਲ, ਤਾਂ ਵਾਕਈ ਤੁਸੀਂ ਗੱਲ ਸਹੀ ਕਹੀ ਹੈ ਕਿ ਇਸ ਤੇ ਗੱਲ ਕਰਨੀ ਬਣਦੀ ਹੈ ਕਿਉਂਕਿ ਜੇ ਆਪਾਂ ਸ਼੍ਰੋਮਣੀ ਕਮੇਟੀ ਦੀ ਗੱਲ ਕਰੀਏ ਤਾਂ ਸਿੱਧੂ ਸਾਹਿਬ ਆਪਾਂ ਅਕਸਰ ਦੇਖਦੇ ਹਾਂ ਕਿ ਭਾਰਤ ਇੱਕ ਅਜਿਹਾ ਦੇਸ਼ ਹੈ ਜਿਸ ਦੇ ਵਿੱਚ ਬਹੁਤ ਸਾਰੇ ਲੋਕ ਰਹਿੰਦੇ ਨੇ, ਵੱਖ ਵੱਖ ਸੰਪਰਦਾਵਾਂ ਦੇ ਧਰਮਾਂ ਦੇ ਲੋਕ ਰਹਿੰਦੇ ਨੇ, ਸਾਰਿਆਂ ਦੀਆਂ ਆਪੋ ਆਪਣੀਆਂ ਕਮੇਟੀਆਂ ਬਣਾਈਆਂ ਹੋਈਆਂ ਨੇ, ਸਾਰੇ ਆਪਣੇ ਧਰਮ ਪ੍ਰਚਾਰ ਦੇ ਲਈ ਬਹੁਤ ਜ਼ਿਆਦਾ ਵੱਖਰੇ ਵੱਖਰੇ ਉਪਰਾਲੇ ਕਰ ਰਹੇ ਨੇ। ਇੱਥੋਂ ਤੱਕ ਤਾਂ ਜੇ ਕਈ ਮਿਸ਼ਨਰੀਆਂ ਦੀ ਅਸੀਂ ਗੱਲ ਕੀਤੀ ਜਾਵੇ ਕਿ ਉਹ ਆਪਣੇ ਆਉਣ ਵਾਲਾ ਭਵਿੱਖ ਆਪਣੇ ਬੱਚੇ ਹੁੰਦੇ ਨੇ, ਹੈ ਨਾ, ਤਾਂ ਬੱਚਿਆਂ ਦੇ ਲਈ ਉਹਨਾਂ ਵੱਲੋਂ ਐਜੂਕੇਸ਼ਨ ਫਰੀ, ਬੱਚਿਆਂ ਦੀ ਸਿਹਤ ਸੰਭਾਲ ਦੇ ਲਈ ਬਹੁਤ ਕੁਝ ਕੀਤਾ ਜਾ ਰਿਹਾ, ਚੰਗੇ ਸਕੂਲਾਂ ਦਾ ਨਿਰਮਾਣ ਕਰਵਾਇਆ ਜਾ ਰਿਹਾ, ਚੰਗੀ ਐਜੂਕੇਸ਼ਨ ਦਿੱਤੀ ਵੀ ਜਾ ਰਹੀ ਹੈ, ਅਤੇ ਆਪਾਂ ਅਕਸਰ ਦੇਖਦੇ ਵੀ ਹਾਂ ਕਿ ਕਿਸ ਤਰੀਕੇ ਦੇ ਨਾਲ ਵੱਡੇ ਵੱਡੇ ਸਕੂਲ ਨੇ ਜਿਹੜੇ ਖੋਲ੍ਹੇ ਜਾਂਦੇ ਨੇ, ਅਤੇ ਜਦੋਂ ਉਹ ਸਕੂਲਾਂ ਨੂੰ ਬਾਰੇ ਜਾਣਦੇ ਹਾਂ, ਪਤਾ ਕਰਦੇ ਹਾਂ ਕਿ ਆਖਿਰਕਾਰ ਇਹ ਸਕੂਲ ਕਿੰਨਾ ਦਿਨ, ਤਾਂ ਉੱਥੇ ਪਤਾ ਲੱਗਦਾ ਕਿ ਉਹ ਅਜਿਹੀਆਂ ਸੰਸਥਾਵਾਂ ਚਲਾ ਰਹੀਆਂ ਨੇ ਜਿੱਥੇ ਕਈ ਬੱਚੇ ਨੇ ਜਿਹੜੇ ਮੁਫਤ ਪੜ ਰਹੇ ਨੇ। ਜੀ ਬਿਲਕੁਲ, ਜਿਹੜਾ ਜਦੋਂ ਆਪਾਂ ਸਿੱਖਿਆ ਖੇਤਰ ਦੀ ਗੱਲ ਕਰਦੇ ਹਾਂ, ਬਿਲਕੁਲ ਸਹੀ ਕਹਿ ਰਹੇ ਨੇ ਕਿ ਬਹੁਤ ਸਾਰੀਆਂ ਸੰਸਥਾਵਾਂ ਹੈਗੀਆਂ ਜਿਨ੍ਹਾਂ ਦੀ ਬੜੀ ਵੱਡੀ ਕੰਟਰੀਬਿਊਸ਼ਨ ਹੈ ਜਿਹੜੇ ਸਿੱਖ ਧਰਮ ਤੋਂ ਬਾਹਰ ਜਾ ਕੇ, ਚਾਹੇ ਕ੍ਰਿਸਚਨ ਹੈ ਚਾਹੇ ਹੋਰ ਮੁਸਲਿਮ ਭਾਈਚਾਰਾ ਹੈ, ਈਵਨ ਹਿੰਦੂ ਸੰਗਠਨ ਜਿਹੜੇ ਬੜੇ ਅੱਛੇ ਅੱਛੇ ਕਾਲਜ ਚਲਾ ਰਹੇ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਕਾਲਜ ਹੈ ਉਹਨਾਂ 'ਚ ਪਿਛਲੇ ਸਮੇਂ ਜਿਸ ਤਰੀਕੇ ਨਾਲ ਨਗਾਰ ਆਇਆ ਉਸ ਨੂੰ ਲੈ ਕੇ ਵੀ ਨਵਦੀਪ ਸਵਾਲ ਉੱਠਣੇ ਸ਼ੁਰੂ ਹੋਏ ਆ। ਖਾਸ ਤੌਰ 'ਤੇ ਜਦੋਂ ਆਪਾਂ ਧਾਰਮਿਕ ਜਿਹੜੀ ਪਰੰਪਰਾਵਾਂ ਨਾ ਉਹ ਵੱਡੀ ਸੱਟ ਮਾਰਦੀਆਂ ਜੇ ਉਹਨਾਂ ਦੇ 'ਚ ਨਵਦੀਪ ਨਗਾਰ ਆਉਂਦਾ। ਅਸੀਂ ਆਪਣੇ ਦਰਸ਼ਕਾਂ ਨਾਲ ਇਹ ਗੱਲ ਜਦੋਂ ਸਾਂਝੀ ਕਰਦੇ ਹਾਂ ਤਾਂ ਦੁਨੀਆ ਭਰ 'ਚ ਜਿਹੜੇ ਬੈਠੇ ਦਰਸ਼ਕ ਹੈ ਉਹਨਾਂ ਸਾਰਿਆਂ ਨੂੰ ਇਸ ਗੱਲ ਦਾ ਇੱਕ ਅਨੁਭਵ ਜਾਂ ਪੀੜਾ ਮਹਿਸੂਸ ਹੁੰਦੀ ਹੈ ਕਿ ਜੇ ਜਥੇਦਾਰ ਸਾਹਿਬਾਨ ਕੋਲੋਂ ਹੀ ਇਸ ਤਰ੍ਹਾਂ ਦੇ ਪੱਤਰ ਲਿਖਵਾਏ ਜਾਣ ਕਿ ਡੇਰਾ ਮੁਖੀ ਨੂੰ ਮਾਫ਼ੀ ਦਵਾਈ ਜਾਵੇ, ਜੇ ਪੰਜਾਬ ਦੇ ਅੰਦਰ ਉਸਦੀਆਂ ਫਿਲਮਾਂ ਚਲਾਉਣ ਦੀ ਗੱਲ ਕੀਤੀ ਜਾਵੇ, ਜਦੋਂ ਸਿੱਖ ਸੰਗਤ ਦਾ ਦਬਾਅ ਬਣੇ ਤਾਂ ਉਹ ਜਿਹੜੀ ਮਾਫ਼ੀਨਾਮਾ ਸੀ ਉਸਨੂੰ ਵਾਪਸ ਲੈ ਲਿਆ ਜਾਵੇ। ਇਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਜਦੋਂ ਹੁਣ ਸ਼੍ਰੋਮਣੀ ਅਕਾਲੀ ਦਲ ਬਿਲਕੁਲ ਹਾਸ਼ੀਏ 'ਤੇ ਚਲਿਆ ਗਿਆ, ਜਿਹੜਾ ਅਕਾਲੀ ਦਲ ਕਹਿੰਦਾ ਸੀ ਕਿ ਅਸੀਂ 25 ਸਾਲ ਤੱਕ ਸੱਤਾ ਦੇ ਵਿੱਚ ਰਹਾਂਗੇ, ਸਥਿਤੀ ਇਹ ਹੈ ਕਿ ਉਸਦੇ ਅੱਜ 3 ਮੈਂਬਰ ਰਹਿ ਗਏ ਜਿਹੜੇ ਅਕਾਲੀ ਦਲ ਦੀ ਲੀਡਰਸ਼ਿਪ ਦੇ ਨਾਲ ਸਹਿਮਤ ਵੀ ਨਹੀਂ ਹੈ, ਉਹ ਵੀ ਲੋਕ ਕਹਿੰਦੇ ਕਿ ਖੇਤਰੀ ਪਾਰਟੀ ਨਵਦੀਪ ਹੋਣੀ ਚਾਹੀਦੀ ਹੈ। ਖੇਤਰੀ ਪਾਰਟੀ ਹੋਏਗੀ ਤਾਂ ਪੰਜਾਬ ਦੀ ਨੁਮਾਇੰਦਗੀ ਕਰੇਗੀ, ਪਰ ਉਹਨਾਂ ਨੂੰ ਜਿਹੜਾ ਹੈਗਾ ਵੱਡਾ ਇਤਰਾਜ਼ ਹੈਗਾ ਕਿ ਇੱਕ ਪਰਿਵਾਰ ਦਾ ਗਲਬਾ, ਇੱਕ ਪਰਿਵਾਰ ਦੇ ਗਲਬੇ ਦੀ ਜਦੋਂ ਗੱਲ ਕਰਦੇ ਆ ਤਾਂ ਸਿੱਧੇ ਤੌਰ 'ਤੇ ਬਾਦਲ ਪਰਿਵਾਰ ਦੇ ਗਲਬੇ ਦੀ ਗੱਲ ਕਰਦੇ ਆ, ਉਹ ਕਹਿੰਦੇ ਕਿ ਗਲਬਾ ਖਤਮ ਹੋਣਾ ਚਾਹੀਦਾ। ਉਸੇ ਕਰਕੇ ਹੀ ਨਵਦੀਪ ਜਿਹੜਾ ਐਡੀ ਵੱਡੀ ਪੱਧਰ 'ਤੇ ਇਸ ਦਾ ਵਿਰੋਧ, ਉਹ ਕਹਿੰਦੇ ਸਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲੀ ਦਲ ਇਹਦੇ ਬਾਰੇ ਇਤਰਾਜ਼ ਨਹੀਂ ਹੈ, ਫਿਰ ਇੱਕ ਪਰਿਵਾਰ ਦਾ ਗੱਲਬਾਤ ਕਿਉਂ ਹੋਵੇ ਜਿਹਦੇ ਕਰਕੇ ਸਾਰੀਆਂ ਕਮਜ਼ੋਰੀਆਂ ਜਾਂ ਇਤਰਾਜ਼ ਜਿਹੜੇ ਹੈਗੇ ਨੇ ਵੀ ਉੱਠ ਰਹੇ ਇਹਨਾਂ ਮੁੱਦਿਆਂ ਜੀ। ਬਿਲਕੁਲ, ਤੇ ਅਗਲੇ ਕਾਲਰ ਵੀ ਸਾਡੇ ਨਾਲ ਬਣ ਗਏ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹਾਂਜੀ, ਟੈਲੀਵਿਜ਼ਨ ਦੀ ਆਵਾਜ਼ ਨੂੰ ਘਟਾ ਦਿਓ ਕਿਰਪਾ ਕਰਕੇ, ਫੋਨ ਤੇ ਗੱਲਬਾਤ ਕਰੋ ਜੀ। ਹੈਲੋ, ਹਾਂਜੀ ਆਨਰ ਹੋ ਤੁਸੀਂ, ਸਵਾਗਤ ਹੈ ਤੁਹਾਡਾ। ਅੱਜ ਮੈਂ ਜਿਹੜੀ ਬੇਨਤੀ ਹੈ ਸਿੱਧੂ ਸਾਹਿਬ ਕਰਨੀ ਭੁੱਲ ਗਈ ਹੈ ਕਿ ਜਦੋਂ ਵੀ ਤੁਸੀਂ ਕਾਲ ਕਰਨੀ ਹੈ ਕਿਰਪਾ ਕਰਕੇ ਟੈਲੀਵਿਜ਼ਨ ਦੀ ਆਵਾਜ਼ ਨੂੰ ਘਟਾ ਦਿਆ ਕਰੋ, ਡਾਇਰੈਕਟ ਸਾਡੇ ਨਾਲ ਆਪਣਾ ਰਾਬਤਾ ਕਾਇਮ ਕਰੋ। ਪੰਥਕ ਬੁਲਾਰੇ ਲੱਗਦਾ ਹੈ ਕਿ ਟੈਲੀਵਿਜ਼ਨ ਦੀ ਆਵਾਜ਼ਾਂ ਦੇ ਵਿੱਚ ਹੀ ਉਲਝੇ ਵਿਆ ਕਰਦੇ। ਜੀ ਬਿਲਕੁਲ, ਤੇ ਅਗਲੇ ਕਾਲਰ ਦੇ ਨਾਲ ਬਣਾਂਗੇ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ।
ਹੈਲੋ ਹਾਂਜੀ ਓਨਰ ਤੁਸੀਂ ਸਵਾਗਤ ਹੈ ਜੀ ਤੁਹਾਡਾ ਹੈਲੋ ਚਲੋ ਨਾ ਤੱਕ ਆਪਣੀ ਟੀਮ ਉਹਨਾਂ ਨਾਲ ਸੰਪਰਕ ਜੋੜਦੀ ਆਪਾਂ ਪੰਥਕ ਮੁੱਦਿਆਂ ਤੇ ਆਪ ਗੱਲ ਕਰ ਲੈਣੇ ਆ ਸਾਡੀ ਆਵਾਜ਼ ਉਹਨਾਂ ਤੱਕ ਤਾਂ ਜਾ ਹੀ ਰਹੀ ਹੈ ਜੇ ਉਹਨਾਂ ਦੀ ਆਵਾਜ਼ ਸਾਡੇ ਤੱਕ ਨਹੀਂ ਆ ਰਹੀ ਤਾਂ ਬਿਲਕੁਲ ਜੀ ਜਿਸ ਮਾਮਲੇ ਤੇ ਆਪਾਂ ਜ਼ਿਕਰ ਕਰ ਰਹੇ ਸੀ ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਭੂਮਿਕਾ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਨਾਲ ਜਿਹੜੇ ਸਿੰਘ ਸਾਹਿਬਾਨ ਹੈ ਉਹਨਾਂ ਦੀ ਭੂਮਿਕਾ ਨੂੰ ਲੈ ਕੇ ਲੀਡਰਸ਼ਿਪ ਨੂੰ ਲੈ ਕੇ ਉਹ ਸਾਰੇ ਮੁੱਦਿਆਂ ਦੇ ਉੱਤੇ ਸਵਾਲ ਇਸ ਕਰਕੇ ਉੱਠਦੇ ਆ ਕਿ ਪਿਛਲਾ ਜਿਹੜਾ ਲੰਬਾ ਸਮਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਇੱਦਾਂ ਹੀ ਜਿਹੜੇ ਕਿ ਗੁਰੂ ਸਾਹਿਬਾਂ ਦੇ ਜਿਹੜੇ ਸਰੂਪ ਹੈਗੇ ਆ ਉਹ ਸਰੂਪਾਂ ਦਾ ਜਿਹੜਾ ਇਹ ਪਤਾ ਨਾ ਹੋਣਾ ਕਿ ਕਿੰਨੇ ਸਰੂਪ ਲਾਪਤਾ ਹੋ ਗਏ ਆ ਇੱਦਾਂ ਦੇ ਮੁੱਦਿਆਂ 'ਤੇ ਜਦੋਂ ਵੀ ਸਵਾਲ ਉੱਠਦੇ ਰਹੇ ਆ ਪੰਥਕ ਹਲਕਿਆਂ ਵੱਲੋਂ ਤਾਂ ਉਹਨਾਂ 'ਤੇ ਲਿਪਾ ਪੋਚੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਦੋਂ ਇਹ ਸਵਾਲ ਪੁੱਛੇ ਜਾਂਦੇ ਆ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ 'ਤੇ ਤੁਸੀਂ ਕੀ ਭੂਮਿਕਾ ਨਿਭਾਈ ਇਹ ਤੋਂ ਵੱਡੀ ਮੰਦਭਾਗੀ ਗੱਲ ਕੀ ਹੋ ਸਕਦੀ ਸੀ ਸਿੱਖ ਜਗਤ ਦੇ ਲਈ ਔਰ SGPC ਉਹਦੀ ਨੁਮਾਇੰਦਗੀ ਕਰਦੀ ਹੋਵੇ ਅਕਾਲੀ ਦਲ ਦੀ ਸਰਕਾਰ ਹੋਵੇ ਉਹ ਸਰਕਾਰ ਦੇ ਹੁੰਦਿਆਂ ਹੀ ਜਿਹੜਾ ਹੈਗਾ ਇੱਦਾਂ ਦੀ ਬੇਅਦਬੀ ਹੋ ਜਾਵੇ ਔਰ ਉਹਦੇ ਬਾਵਜੂਦ ਜਿਹੜਾ ਉਸ ਗੱਲ ਦਾ ਕੋਈ ਨਿਤਾਰਾ ਨਾ ਹੋਵੇ ਹੁਣ ਇਹ ਤਾਂ ਜ਼ਰੂਰ ਅਕਾਲੀ ਦਲ ਦੀ ਲੀਡਰਸ਼ਿਪ ਕਹਿੰਦੀ ਹੈ ਕਿ ਵੀ ਜਿਨ੍ਹਾਂ ਨੇ ਬੇਅਦਬੀ ਕਰਵਾਈ ਹੈ ਉਹਦਾ ਕੱਖ ਨਾ ਰਹੇ ਇੱਕ ਭਾਵਕ ਫਿਕਰ ਹੈ ਠੀਕ ਹੈ ਕਿ ਜਿਨ੍ਹਾਂ ਨੇ ਕਰਵਾਈ ਹੈ ਕੱਖ ਨਹੀਂ ਰਹਿਣਾ ਚਾਹੀਦਾ ਪਰ ਇੱਕ ਸੰਵਿਧਾਨਕ ਤੌਰ 'ਤੇ ਜ਼ਿੰਮੇਵਾਰੀ ਤਾਂ ਬਣਦੀ ਹੈ ਨਾ ਜਿਹੜੀ ਸਰਕਾਰ ਆ ਉਹਦੀ ਰਿਸਪੋਂਸੀਬਿਲਟੀ ਹੈ ਜੇ ਕੋਈ ਹੁਣ ਅੱਜ ਆਪਾਂ ਗੈਂਗਸਟਰਾਂ ਦੀ ਗੱਲ ਕਰਦੇ ਹਾਂ ਕਿਸ ਤਰੀਕੇ ਨਾਲ ਮਾਰਤਾੜ ਹੋ ਰਹੀ ਹੈ ਕਿਸ ਨੂੰ ਫੜਿਆ ਜਾ ਰਿਹਾ ਕਿਸ ਨੂੰ ਛੱਡਿਆ ਜਾ ਰਿਹਾ ਇਸ ਤਰ੍ਹਾਂ ਦੀ ਭੂਮਿਕਾ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੌਕੇ 'ਤੇ ਜੇ ਅਕਾਲੀ ਦਲ ਵੱਲੋਂ ਨਿਭਾਈ ਗਈ ਹੁੰਦੀ ਦੋਸ਼ੀਆਂ ਨੂੰ ਬੇਨਕਾਬ ਕੀਤਾ ਗਿਆ ਹੁੰਦਾ ਸਾਹਮਣੇ ਲਿਆਂਦਾ ਹੁੰਦਾ ਤਾਂ ਸ਼ਾਇਦ ਅਕਾਲੀ ਦਲ ਨੂੰ ਇਹੋ ਜਿਹੀਆਂ ਪਰਿਸਥਿਤੀਆਂ ਦਾ ਸਾਹਮਣਾ ਨਾ ਕਰਨਾ ਪੈਂਦਾ ਜਦੋਂ ਆਪਾਂ ਇਸ ਗੱਲ ਦਾ ਜ਼ਿਕਰ ਕਰਦੇ ਹਾਂ ਜਿਹੜੇ ਜਥੇਦਾਰ ਸਾਹਿਬਾਨ ਹੈ ਉਹਨਾਂ ਬਾਰੇ ਸਵਾਲ ਇਸ ਕਰਕੇ ਵੀ ਉੱਠ ਰਹੇ ਆ ਉਹ ਕਹਿੰਦੇ ਵੀ ਸ਼ਾਇਦ ਹੁਣ ਇਸ ਕਰਕੇ ਤਾਂ ਨਹੀਂ ਗੱਲ ਆ ਰਹੀ ਕਿ ਅਕਾਲੀ ਦਲ ਕਮਜ਼ੋਰ ਹੋ ਗਿਆ ਪਹਿਲਾਂ ਕਿਉਂ ਨਹੀਂ ਇਹਨਾਂ ਮੁੱਦਿਆਂ 'ਤੇ ਕਦੇ ਗੱਲ ਉੱਠੀ ਸੋ ਇਸ ਕਰਕੇ ਜਦੋਂ ਸਿੰਘ ਸਾਹਿਬਾਨ ਵੀ ਚਰਚਾ 'ਚ ਇਸ ਗੱਲ ਨੂੰ ਲੈ ਕੇ ਆਉਂਦੇ ਆ ਚਰਚਾ ਸਹੀ ਹੈ ਪਰ ਇਹਦਾ ਮੰਤਵ ਵੀ ਓਨਾ ਹੀ ਸਹੀ ਹੋਣਾ ਚਾਹੀਦਾ ਹੈ ਪਿਛਲੇ ਦਿਨਾਂ 'ਚ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਸੀ ਉਹਦੇ ਬਾਰੇ ਪੰਥੇ ਇਕੱਠ ਹੋਇਆ ਜਥੇਬੰਦੀਆਂ ਜੁੜਦੀਆਂ ਰਹੀਆਂ ਪਰ ਬਾਅਦ ਦੇ ਵਿੱਚ ਜਦੋਂ ਇਲੈਕਸ਼ਨ ਆਈ ਸੰਗਰੂਰ ਦੀ ਫਿਰ ਜਿਹਨੂੰ ਪੰਜਾਬੀ 'ਚ ਕਹਿੰਦੇ ਖੜੀਆਂ ਕਰੇਲਿਆਂ ਦੀ ਤਰ੍ਹਾਂ ਅਲੱਗ ਅਲੱਗ ਹੋ ਗਏ ਸਾਰੇ ਸੋ ਮੰਤਵ ਦਾ ਵੀ ਸਪਸ਼ਟ ਹੋਣਾ ਚਾਹੀਦਾ ਤੁਹਾਡੀ ਨੀਅਤ ਕਿੰਨੀ ਕੁ ਸਾਫ਼ ਹੈ ਜੀ ਬਿਲਕੁਲ ਤਾਂ ਨੀਅਤ ਕਿੰਨੀ ਕੁ ਸਾਫ਼ ਹੈ ਇਸ ਬਾਰੇ ਵੀ ਗੱਲਬਾਤ ਕਰਾਂਗੇ ਵੈਸੇ ਸਾਰੇ ਦਰਸ਼ਕਾਂ ਨੂੰ ਪਤਾ ਹੀ ਹੈ ਪਰ ਦਰਸ਼ਕ ਵੀ ਲਗਾਤਾਰ ਸਾਡੇ ਨਾਲ ਜੁੜ ਰਹੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਧੰਨਵਾਦ ਜੀ ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ ਪਿਆਰਾ ਸਿੰਘ ਸਵਾਗਤ ਹੈ ਜੀ ਤੁਹਾਡਾ ਧੰਨਵਾਦ ਸਿੱਧੂ ਸਾਹਿਬ ਅੱਜ ਤਾਂ ਮੈਨੂੰ ਉਮੀਦ ਨਹੀਂ ਸੀ ਕਿ ਤੁਹਾਡਾ ਮੇਰਾ ਸੰਪਰਕ ਜੁੜੂਗਾ ਕਾਰਨ ਕਿਹਾ ਵੀ ਤੁਹਾਡੇ ਕੋਲ ਸਿਸਟਮ ਵਿੱਚ ਕੋਈ ਫਰਕ ਲੱਗਦਾ ਹੈ ਪਰ ਫਿਰ ਵੀ ਧੰਨਵਾਦ ਤੁਹਾਡੀ ਟੀਮ ਦਾ ਜਿਹਨਾਂ ਨੇ ਸਾਡੇ ਨਾਲ ਤੁਹਾਡਾ ਮਿਲਾ ਦਿੱਤਾ ਬਾਕੀ ਸਿੱਧੂ ਸਾਹਿਬ ਹਾਲਾਂਕਿ ਬਿੱਟੂ ਹੋਣੀ ਬਹੁਤ ਘੱਟ ਚੰਗੀ ਗੱਲ ਕਰਦੇ ਹਨ ਪਰ ਇਸ ਸ਼੍ਰੋਮਣੀ ਕਮੇਟੀ ਬਾਰੇ ਕੁਝ ਹੱਦ ਤੱਕ ਠੀਕ ਹੈ ਇਹ ਸਾਡੀ ਬਦਕਿਸਮਤੀ ਹੈ ਕਿ ਇਸ ਸਰਮੌਰ ਜਥੇਬੰਦੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਜਿਹੜੀ ਕਿ ਬੜੇ ਸੰਘਰਸ਼ਾਂ ਵਿੱਚੋਂ ਨਿਕਲੀਆਂ ਜਥੇਬੰਦੀਆਂ ਹਨ ਔਰ ਇਹਨਾਂ ਦੀ ਜ਼ਰੂਰਤ ਵੀ ਹੈ ਇਸ ਨੂੰ ਖੋਰਾ ਆਪਣੇ ਨੇ ਲਾਇਆ ਕਿਸੇ ਹੋਰ ਨੇ ਨਹੀਂ ਲਾਇਆ ਇੱਕ ਕਹਾਣਾ ਹੈ ਜਦ ਵੀ ਬੇੜੀ ਡੋਬੀ ਡੋਬੀ ਆਪਣੇ ਮਲਾਹਾਂ ਨੇ ਸਮੇਂ ਸਮੇਂ ਤੇ ਜਿਸ ਤਰ੍ਹਾਂ ਵਿਦਾਂਤ ਪੜ੍ਹਿਆ ਹੋਇਆ ਨੇ ਵਿਦਾਂਤੀ ਜੀ ਨੇ ਕਿੰਨੇ ਰਿਸ਼ਵਤ ਉਹਨਾਂ ਦੇ ਕਿੰਨੇ ਰਿਸ਼ਵਤ ਦੇ ਇਲਜ਼ਾਮ ਲੱਗੇ ਖਾਸ ਕਰਕੇ ਧਨਵੰਤ ਸਿੰਘ ਬਾਰੇ ਜਿਸ ਨੂੰ ਕਿ ਇਹਨਾਂ ਨੇ ਪੈਸੇ ਲੈ ਕੇ ਬਰੀ ਕੀਤਾ ਇਸ ਨੂੰ ਇਹਨਾਂ ਨੇ ਤਾਂ ਬਰੀ ਕਰਤਾ ਪਰ ਸਮਾਜਿਕ ਅਦਾਲਤ ਨੇ ਉਹਨੂੰ ਸਜ਼ਾ ਵੀ ਦਿੱਤੀ ਆ ਉਸ ਤੋਂ ਬਾਅਦ ਕੱਟਿਆਂ ਵਾਲੇ ਜਹਾਦਾਰ ਨੇ ਕਛਹਿਰੇ ਵੇਚਣ ਤੋਂ ਲੈ ਕੇ ਕਿੱਥੋਂ ਤੱਕ ਮੰਜ਼ਿਲ ਛੋਹੀ ਆ ਅਤੇ ਹੁਣ ਦੇ PhD ਨੇ ਸਾਰੀਆਂ ਹੱਦਾਂ ਟੱਪ ਦਿੱਤੀਆਂ ਹਨ ਆਸਾਈਆਂ ਬਾਰੇ ਦਿੱਤੇ ਬਿਆਨ ਨੇ ਤਾਂ ਸਾਰੀ ਸਿੱਖ ਕੌਮ ਦਾ ਮਸ਼ਹਿਰ ਹੀ ਨੀਵਾਂ ਕਰਤਾ ਦੇਖੋ ਈਸਾਈ ਕਿਸੇ ਨੂੰ ਧੱਕੇ ਨਾਲ ਤਾਂ ਨਹੀਂ ਬਣਾਉਂਦੇ ਹੈਗੇ ਸਿੱਖਾਂ ਨੂੰ ਧੱਕੇ ਨਾਲ ਤਾਂ ਨਹੀਂ ਬਣਾਉਂਦੇ ਈਸਾਈ ਉਹਨੇ ਪ੍ਰਚਾਰ ਨਾਲ ਬਣਾਉਂਦੇ ਆ ਇਹ ਕੀ ਕਰਦੇ ਰਹੇ ਆ ਜਾਂ ਕਿ ਜਿੰਨੀ ਸਾਡੇ ਧਰਮ ਦਾ ਸਾਡੀ ਸੰਸਥਾ ਕੋਲ ਬਜਟ ਹੈ ਜਾਂ ਪੈਸਾ ਹੈ ਸ਼ਾਇਦ ਕਿਸੇ ਕੋਲ ਹੋਵੇ ਔਰ ਜਿੰਨੇ ਸਾਡੇ ਲੋਕ ਦਾਨੀ ਹਨ ਮਦਦ ਕਰਨ ਸ਼ਾਇਦ ਕਿਸੇ ਕੌਮ 'ਚ ਪੈਦਾ ਹੋਣ ਫਿਰ ਸਾਡੀ ਕੌਮ ਦਾ ਇਹ ਹਾਲ ਹੋਵੇ ਉਹ ਵੀ ਇਹ ਜਿਹੇਦਾਰ ਕਹਿਣ ਹਜੇ ਛੋਟਾ ਮੋਟਾ ਕਹੇ ਤਾਂ ਇਹ ਸਫਾਈ ਤਾਂ ਦੇ ਸਕਦੇ ਨਹੀਂ ਜੇ ਗਲਤ ਹੋ ਜਾਂਦਾ ਇੱਕ ਸਰਮੌਰ ਜਥੇਦਾਰ ਇਹ ਗੱਲ ਕਹਿੰਦਾ ਇਸ ਤੋਂ ਬੜੇ ਕੌਮ ਵਾਸਤੇ ਬਹੁਤ ਸ਼ਰਮ ਦੀ ਗੱਲ ਹੈ ਇਹਦੋਂ ਨਿਮਾਣ ਕਦੇ ਸ਼ਾਇਦ ਨਾ ਜਾਵੇ ਇਹਦੇ ਵਿੱਚ ਕਸੂਰ ਸਾਡਾ ਵੀ ਜਿਹੜੇ ਕਿ ਇਹਨਾਂ ਨੂੰ ਦੇਖ ਕੇ ਵੀ ਵਾਰ ਵਾਰ ਅਸੀਂ ਇਹਨਾਂ ਲੋਕਾਂ ਨੂੰ ਮੂਹਰੇ ਲੈਣੇ ਆ ਇਹ ਸਾਡੀ ਬਹੁਤ ਬਦਕਿਸਮਤੀ ਹੈ ਸਾਨੂੰ ਇਸ ਬਾਰੇ ਸੋਚਣ ਦੀ ਲੋੜ ਹੈ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਤਾਂ ਸਿੱਧੂ ਸਾਹਿਬ ਜਿਸ ਤਰੀਕੇ ਦੇ ਨਾਲ ਪਿਆਰਾ ਸਿੰਘ ਜੀ ਨੇ ਇੱਕ ਅਹਿਮ ਗੱਲ ਕਹੀ ਹੈ ਕਿ ਈਸਾਈ ਧਰਮ ਬਾਰੇ ਹੈ ਨਾ ਕਿ ਇਹਨਾਂ ਦੀ ਜਿਹੜਾ ਈਸਾਈ ਨੇ ਉਹਨਾਂ ਨੇ ਮਤਲਬ ਕਿ ਪੰਜਾਬ ਦੇ ਪਿੰਡਾਂ ਦੀ ਜੇ ਗੱਲ ਕੀਤੀ ਜਾਵੇ ਇੱਕ ਸਮਾਂ ਹੁੰਦਾ ਸੀ ਜਦੋਂ ਆਪਾਂ ਕਹਿੰਦੇ ਵੀ ਕੱਟੜ ਸਿੱਖ ਹੈ ਨਾ ਜਿਹਨਾਂ ਨੂੰ ਆਪਾਂ ਕਹਿੰਦੇ ਸੀ ਵੀ ਨਹੀਂ ਜੀ ਅਸੀਂ ਤਾਂ ਸਿਰਫ ਗੁਰੂ ਘਰ ਹੀ ਜਾਂਦੇ ਹਾਂ ਗੁਰੂ ਘਰ ਨੂੰ ਹੀ ਮੰਨਦੇ ਹਾਂ ਤਾਂ ਪਿੰਡਾਂ 'ਚ ਉਹ ਹਾਲਾਤ ਬਣ ਗਏ ਨੇ
ਕਰਨ ਵੀ ਕੀ ਵਿਚਾਰੇ ਕਿ ਉਹਨਾਂ ਦੀ ਗਰੀਬੀ ਜਿਹੜੀ ਹੈਗੀ ਆ ਉਹਨਾਂ 'ਤੇ ਇੰਨੀ ਭਾਰੂ ਪੈ ਗਈ ਹੈ, ਮਹਿੰਗਾਈ ਦਰ ਇੰਨੀ ਵੱਧ ਗਈ ਹੈ, ਸਰਕਾਰਾਂ ਉਹਨਾਂ ਦੀ ਸਾਰ ਨਹੀਂ ਲੈਂਦੀਆਂ, ਤਾਂ ਉਵੇਂ ਹੀ ਜਿਵੇਂ ਮੈਂ ਪਹਿਲਾਂ ਕਿਹਾ ਸੀ ਕਿ ਸ਼੍ਰੋਮਣੀ ਕਮੇਟੀ ਹੈ ਜਿਹੜੀ ਉਹ ਵੀ ਆਪਣੀ ਜਿਹੜੀ ਸਕੂਲ ਨੇ ਜਾਂ ਬੱਚਿਆਂ ਨੂੰ ਐਜੂਕੇਸ਼ਨ ਹੈ ਜਾਂ ਉਹ ਉਸ ਤਰੀਕੇ ਨਾਲ ਨਹੀਂ ਦੇ ਪਾ ਰਹੀ ਕਿ ਉਹ ਆਟੋਮੈਟਿਕ ਈਸਾਈ ਧਰਮ ਦੇ ਵਿੱਚ ਤਬਦੀਲ ਹੋਣ ਦੇ ਲਈ ਮਜਬੂਰ ਹੋ ਗਏ ਨੇ, ਅਤੇ ਬਹੁਤ ਸਾਰੇ ਤਾਂ ਹੋ ਵੀ ਚੁੱਕੇ ਨੇ। ਜਦੋਂ ਆਪਾਂ ਦੂਜੇ ਧਰਮਾਂ ਦੀ ਦੇਖੋ, ਪੈਰਾ ਸਿੰਘ ਨੇ ਬਿਲਕੁਲ ਸਹੀ ਗੱਲ ਕਹੀ ਹੈ ਭਾਈ ਸਾਹਿਬ ਤੁਸੀਂ, ਜਦੋਂ ਆਪਾਂ ਦੂਜੇ ਧਰਮਾਂ ਦੀ ਆਲੋਚਨਾ ਦੀ ਗੱਲ ਕਰਦੇ ਹਾਂ ਤਾਂ ਸਹੀ ਕਿਹਾ ਤੁਸੀਂ, ਸਾਨੂੰ ਆਪਣੀ ਪੀੜ੍ਹੀ ਹੇਠਾਂ ਸੋਟਾ ਮਾਰਨਾ ਚਾਹੀਦਾ, ਸਾਡੇ ਆਪਣੇ ਜਿਹੜੇ ਨੁਕਸ ਹੈਗੇ ਕਿੱਡੇ ਵੱਡੇ ਨਗਾਰ ਆਏ ਸਾਡੇ ਸਿਸਟਮ ਦੇ ਅੰਦਰ, ਉਹਨਾਂ ਬਾਰੇ ਗੱਲ ਕਰਨ ਦੀ ਜ਼ਰੂਰਤ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੱਡੀਆਂ ਵੱਡੀਆਂ ਲੜਾਈਆਂ ਲੜੀਆਂ, ਇਹ ਸੰਸਥਾ ਦੀ ਜਿਹੜੀ ਹੋਂਦ ਹੀ ਹੈ ਉਹ ਸਿੱਖੀ ਦੀ ਖਾਤਰ ਹੋਈ, ਸਿੱਖੀ ਦੇ ਪ੍ਰਚਾਰ ਦੀ ਖਾਤਰ ਹੋਈ, ਔਰ ਇਹਦੀ ਭੂਮਿਕਾ ਨੂੰ ਕਦੇ ਵੀ ਕੋਈ ਨਕਾਰ ਨਹੀਂ ਸਕਦਾ। ਪਰ ਜੇ ਮੌਜੂਦਾ ਲੀਡਰਸ਼ਿਪ ਹੈ, ਜਿੱਦਾਂ ਆਪਾਂ ਕਹਿੰਦੇ ਹੁੰਦੇ ਹਾਂ ਕਿ ਕਿਸੇ ਕੁਰਸੀ 'ਤੇ ਕੌਣ ਬੈਠਦਾ ਹੈ, ਨਵਦੀਪ, ਕਿ ਕੁਰਸੀ ਜਿਹੜੀ ਬੁਰੀ ਨਹੀਂ ਹੁੰਦੀ, ਜਿਹੜਾ ਕੁਰਸੀ 'ਤੇ ਬੈਠਣ ਵਾਲਾ ਉਹ ਕੁਰਸੀ ਦਾ ਕੱਦ ਉੱਚਾ ਜਾਂ ਨੀਵਾਂ ਕਰਦਾ। ਕਈ ਵਾਰੀ ਕੋਈ ਬੰਦਾ ਬੈਠਾ ਹੁੰਦਾ ਤਾਂ ਕੁਰਸੀ ਦਾ ਕੱਦ ਬੜਾ ਉੱਚਾ ਹੁੰਦਾ, ਉਹਦੇ 'ਤੇ ਮੰਦਭਾਗੀ ਨਾਲ ਕੋਈ ਇਹੋ ਜਿਹਾ ਵਿਅਕਤੀ ਆ ਕੇ ਬੈਠ ਜਾਂਦਾ, ਉਹੀ ਕੁਰਸੀ ਦਾ ਕੱਦ ਨੀਵਾਂ ਹੋ ਜਾਂਦਾ। SGPC ਦੇ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਜਿਸ ਤਰੀਕੇ ਨਾਲ ਇਹਨਾਂ ਦੇ ਅਹੁਦੇਦਾਰ ਪਿਛਲੇ ਸਮੇਂ 'ਚ ਬਣਦੇ ਰਹੇ ਹੈ, ਜਿਸ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਨਿਭਾਈਆਂ ਗਈਆਂ, ਖਾਸ ਤੌਰ 'ਤੇ ਜੇ ਅਸੀਂ ਇਸ ਨੂੰ ਮੀਰੀ ਪੀਰੀ ਦੀ ਅਸੀਂ ਗੱਲ ਜ਼ਰੂਰ ਕਰਦੇ ਹਾਂ, ਪਰ ਜਦੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਿਰਫ ਆਪਣੇ ਨਿੱਜੀ ਜਿਹੜੇ ਹੈਗੇ ਆਪਣੇ ਪੋਲੀਟੀਕਲ ਮੰਤਵ ਦੇ ਲਈ ਇਸ ਨੂੰ ਇਸਤੇਮਾਲ ਕੀਤਾ ਜਾਣ ਲੱਗਿਆ, ਤਾਂ ਉਦੋਂ ਬਹੁਤ ਵੱਡਾ ਸਵਾਲ ਉੱਠਦਾ ਰਿਹਾ ਕਿ ਤੁਸੀਂ ਇਲੈਕਸ਼ਨ ਦੇ ਵਿੱਚ ਇਹਨੂੰ ਕਿਸ ਤਰੀਕੇ ਨਾਲ ਇਸਤੇਮਾਲ ਕਰਦੇ ਹੋ। ਇੱਥੋਂ ਤੱਕ ਇਹ ਵੀ ਐਲੀਗੇਸ਼ਨ ਲੱਗਦੇ ਨਵਦੀਪ ਕਿ ਜਦੋਂ ਚੋਣਾਂ ਹੁੰਦੀਆਂ ਉਦੋਂ ਵੀ ਜਿਹੜਾ SGPC ਦਾ ਹੇਠਲੀ ਪੱਧਰ ਦਾ ਸਟਾਫ ਹੈ ਉਹਦੀਆਂ ਜ਼ਿੰਮੇਵਾਰੀਆਂ ਤੈਅ ਕੀਤੀਆਂ ਜਾਂਦੀਆਂ। ਇੱਦਾਂ ਹੀ ਜਿੱਦਾਂ ਪ੍ਰਚਾਰ ਦੀ ਆਪਾਂ ਜਿੱਦਾਂ ਤੁਸੀਂ ਜ਼ਿਕਰ ਕਰਦੇ ਹੋ, ਸਿਰਫ ਇਹੀ ਨਹੀਂ ਕਿ ਸਕੂਲਾਂ ਦੇ ਜਾਂ ਵਿੱਦਿਅਕ ਖੇਤਰ ਦੇ ਅੰਦਰ, ਧਾਰਮਿਕ ਪ੍ਰਚਾਰ ਦੇ ਮੁੱਦੇ ਨੂੰ ਲੈ ਕੇ, ਧਾਰਮਿਕ ਪ੍ਰਚਾਰ ਦਾ ਮੁੱਦਾ ਬੜੀ ਵੱਡੀ ਗੱਲ ਹੈ। ਜੇ ਆਪਾਂ ਪੰਜਾਬ 'ਚ ਜਾਂਦੇ ਹਾਂ, ਮੈਂ ਨਵਦੀਪ ਇੱਕ ਵਾਰੀ ਇੱਕ ਮੈਗਜ਼ੀਨ ਐਡਿਟ ਕਰ ਰਿਹਾ ਸੀ ਪੰਜਾਬੀ ਦਾ, ਅਤੇ ਉਹਦੇ 'ਚ ਪੰਚਾਇਤਾਂ ਦੀਆਂ ਚੋਣਾਂ ਸੀ ਅਤੇ ਮੈਂ ਕਿਹਾ ਕੋਈ ਪੰਚਾਇਤਾਂ ਦੀ ਆਪਾਂ ਤਸਵੀਰ ਲਾਈਏ, ਜਿਹੜੇ ਲੋਕ ਜਿੱਤੇ ਆ ਉਹਨਾਂ ਦੀ ਤਸਵੀਰ ਲੱਗਣੀ ਚਾਹੀਦੀ ਹੈ। ਬੜੀ ਮੁਸ਼ਕਿਲ ਆ ਰਹੀ ਸੀ ਕਿ ਉਹਨਾਂ ਪੰਚਾਇਤਾਂ ਦੀਆਂ ਚੋਣਾਂ 'ਚ ਮੈਂ ਚਾਹੁੰਦਾ ਸੀ ਕੋਈ ਪਗੜੀ ਵਾਲੇ ਦੀ ਫੋਟੋ ਲੱਗੇ ਕਿ ਪਿੰਡਾਂ ਦੀਆਂ ਇਲੈਕਸ਼ਨ ਆ, ਉਹਦੇ 'ਚ ਪਗੜੀ ਵਾਲੇ ਤਾਂ ਘੱਟੋ ਘੱਟ ਹੋਣੇ ਚਾਹੀਦੇ ਹੈ। ਯਾਨੀ ਪਗੜੀ ਵਾਲਾ ਫੋਟੋ ਲੱਭਣ ਦੇ ਵਿੱਚ ਬੜੀ ਦਿੱਕਤ ਆ ਰਹੀ ਸੀ, ਇਹ ਹਾਲਤ ਪੰਜਾਬ ਦੀ ਬਣੀ ਖੜੀ ਹੈ। ਅਤੇ ਕੌਣ ਹੈ ਜ਼ਿੰਮੇਵਾਰ? ਸਾਡੀਆਂ ਮੌਜੂਦਾ ਸੰਸਥਾਵਾਂ ਜਿਹੜੀਆਂ ਨੁਮਾਇੰਦਗੀ ਕਰਦੀਆਂ, SGPC ਹੈ, ਸਿੰਘ ਸਾਹਿਬਾਨ ਹੈ, ਉਹੀ ਜ਼ਿੰਮੇਵਾਰ ਨੇ ਜਿਹਦੇ ਕਰਕੇ ਸਵਾਲ ਉੱਠਦੇ ਆ। ਤਾਂ ਹੀ ਜਥੇਦਾਰ ਨੂੰ ਇਹ ਗੱਲ ਕਹਿਣੀ ਪਈ ਹੈ ਕਿ ਜਿਹੜੀ ਐਡੀ ਵੱਡੀ ਸਿੱਖ ਸੰਸਥਾ ਹੈਗੀ ਹੈ ਕਮਜ਼ੋਰ ਹੋ ਗਈ ਹੈ। ਕੇਵਲ ਬਿਆਨਬਾਜ਼ੀ ਨਾਲ ਨਵਦੀਪ ਗੱਲ ਨਹੀਂ ਹੁੰਦੀ, ਜ਼ਿੰਮੇਵਾਰੀ ਵੀ ਤੈਅ ਕਰਨੀ ਪਏਗੀ ਕਿ ਕਿਹਨਾਂ ਨੇ ਕਮਜ਼ੋਰ ਕੀਤੀ ਹੈ ਸੰਸਥਾ। ਜੀ ਬਿਲਕੁਲ, ਅਤੇ ਅਗਲੇ ਕਾਲਰ ਵੀ ਸਾਡੇ ਨਾਲ ਜੁੜ ਗਏ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਹਬੀਬਾ ਜੀ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਔਰ ਸਿੱਧੂ ਸਾਹਿਬ ਜੀ, ਸਿੱਧੂ ਸਾਹਿਬ ਜੀ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਜੀ। ਧੰਨਵਾਦ। ਹਾਂਜੀ, ਮੈਂ ਅਜੀਤ ਸਿੰਘ ਸਰਾਂ ਬੋਲਦਾ ਜੀ। ਜੀ ਸਰਾਂ ਸਾਹਿਬ। ਸਰਾਂ ਸਾਹਿਬ, ਹਾਂਜੀ, ਦੇਖੋ ਇਹ ਮਾਮਲਾ ਬੜਾ ਵੱਡਾ ਹੈ ਕਿ ਸਾਡੇ ਜਿਹੜੇ ਲੀਡਰ ਹੈ ਜਿਹੜਾ ਇੱਕ ਸ਼੍ਰੋਮਣੀ ਕਮੇਟੀ ਬਹੁਤ ਵਧੀਆ ਸੀ, ਜਦੋਂ ਇਹਨਾਂ ਨੇ ਮੋਰਚੇ ਲਾਏ, ਮੋਰਚੇ ਜਿੱਤੇ, ਕੁਰਬਾਨੀਆਂ ਕੀਤੀਆਂ, ਗੁਰਦੁਆਰਿਆਂ ਨੂੰ ਮਹੰਤਾਂ ਤੋਂ ਛਡਾਇਆ, ਉਦੋਂ ਲੋਕ ਸੱਚੇ ਸੁੱਚੇ ਸੀਗੇ ਲੀਡਰ ਜੀ। ਇਹ ਆ ਗਏ ਵਿੱਚ ਸਾਧਾਂ ਵਾਲੇ ਪੈਰੀ ਪੈਣ ਵਾਲੇ, ਇਹਨਾਂ ਨੂੰ ਹੋ ਗਿਆ ਕਿ ਅਸੀਂ ਸਾਧਾਂ ਤੋਂ ਹੀ ਸਾਰੀ ਕੁਛ ਲੈ ਲੈਣਾ। ਜਿਹੜਾ ਸਾਡਾ ਸਿੱਖ ਆਦਮੀ ਆ ਜਿਹੜਾ ਉਹ ਸਾਧਾਂ ਦੇ ਜਾ ਕੇ ਪੈਰੀ ਪਵੇ, ਉਹ ਕਾਹਦਾ ਸਿੱਖਾਂ ਦਾ ਲੀਡਰ ਕੀ ਕਰ ਸਕਦਾ? ਸਿੱਖਾਂ ਵਾਸਤੇ ਕੁਛ ਨਹੀਂ ਕਰਨਾ ਉਹਨੇ, ਔਰ ਉਹ ਕੀਤਾ ਨੀ, ਉਹਨੇ ਤਾਂ ਸਿੱਖਾਂ ਨੂੰ ਡਾਊਨ ਕਰ ਦਿੱਤਾ। ਇਹ ਵੱਡਾ ਬਾਦਲ ਸਾਧਾਂ ਦੇ, ਸਾਰੇ ਸਾਧਾਂ ਦੇ ਕੋਲੇ ਫਿਰਦਾ ਰਿਹਾ, ਨਾਲ ਘਰ ਵਾਲੀ ਨੂੰ ਲੈ ਕੇ, ਬਈ ਅਸੀਂ ਹਾਂ ਤੁਹਾਡੇ ਰਹਿਵਰ, ਬਸ ਹੋਰ ਕਿਸੇ ਦਾ ਨਹੀਂ ਹੈ, ਇਹਨੂੰ ਸ਼੍ਰੋਮਣੀ ਕਮੇਟੀ ਦਾ ਕੁਛ ਨਹੀਂ ਹੈ, ਸਿੱਖਾਂ ਬਾਰੇ ਕੁਛ ਨਹੀਂ ਹੈ, ਸਿੱਖਾਂ ਦੇ ਕੰਮ ਵਾਸਤੇ ਕੁਛ ਨਹੀਂ ਹੈ, ਇਹਨੇ ਕੁਛ ਨਹੀਂ ਕੀਤਾ, ਸਿਰਫ ਆਪਦੇ ਘਰ ਦੇ ਵਿੱਚ ਹੀ ਰੱਖਣ ਵਾਸਤੇ ਕਿ ਮੇਰਾ ਮੁੰਡਾ ਗਾਹਾਂ ਚੀਫ ਮਿਨਿਸਟਰ ਬਣ ਜਾਵੇ, ਉਹ ਇਸੇ ਲਾਲਚ ਦੇ ਵਿੱਚ ਲਾ ਕੇ ਉਹਨੇ ਸਾਰੇ ਧਰਮ ਨੂੰ ਖਰਾਬ ਕਰ ਦਿੱਤਾ, ਲੁੱਟਿਆ ਪੰਜਾਬ ਨੂੰ, ਕੁੱਟਿਆ ਪੰਜਾਬ ਨੂੰ, ਮਾਰੇ ਆਦਮੀ, ਔਰ ਬੇਅਦਬੀ ਵੀ ਇਹਨੇ ਕਰਾਈ, ਇਹਦੇ ਸਾਹਮਣੇ ਹੋਈ, ਉਹਨਾਂ ਨੇ ਚੈਲੰਜ ਕੀਤਾ ਬਾਦਲ ਨੂੰ, ਬਈ ਆ ਜਾ ਤੁਹਾਡਾ ਗੁਰੂ ਸਾਡੇ ਕੋਲੇ ਆ, ਜੇ ਤੇਰੇ ਹਿੰਮਤ ਆ ਤਾਂ ਛੱਡਾ ਲਾ, ਇਹ ਨਹੀਂ ਬੋਲਿਆ, ਕਿਉਂ ਇਹਦਾ ਹੱਥ ਸੀ ਵਿੱਚ, ਕਿਉਂ ਸਾਧ ਵਿੱਚ ਆਉਂਦਾ ਸੀ, ਸਾਧ ਨੂੰ ਪ੍ਰੋਟੈਕਸ਼ਨ ਦੇਣ ਵਾਸਤੇ ਕਿ ਚੁੱਪ ਹੋ ਗਿਆ, ਇਹਨੇ ਗੁਰੂ ਸਾਹਿਬ ਦੀ ਬੇਇੱਜ਼ਤੀ ਨਹੀਂ ਸਮਝੀ, ਸਾਧ ਦੀ ਸਾਧ ਨੂੰ ਬਚਾਉਣ ਦੇ ਵਿੱਚ ਹੀ ਲੱਗਾ ਰਿਹਾ,
ਉਹਨੂੰ ਜਿਹੜੀ ਸਿਕਿਉਰਿਟੀ ਦੇ ਦਿੱਤੀ ਉਹਨੂੰ ਆਹ ਕਰਤਾ ਉਹਦੇ ਵਾਸਤੇ ਇਹ ਕਰਤਾ ਕਿਤੇ ਉਹਨੂੰ ਸਾਧ ਨੂੰ ਮਾਫ਼ ਕਰ ਦਿਓ ਕਿਤੇ ਉਹਨੂੰ ਕੱਢ ਦਿਓ ਇਸੇ ਕਾਲੇ 'ਚ ਇਹ ਲੱਗੇ ਰਹੇ ਆ ਤਾਂ ਕਿ ਬਈ ਸਾਡਾ ਹੀ ਰਹੇ ਸ਼੍ਰੋਮਣੀ ਕਮੇਟੀ ਨੂੰ ਬਦਨਾਮ ਕਰਨ ਵਾਲਾ ਇਹ ਬਾਦਲ ਗਰੁੱਪ ਹੈ ਬਾਦਲ ਗਰੁੱਪ ਨੇ ਸਾਰਾ ਕੁਛ ਬਾਦਲ ਨੇ ਕੀਤਾ ਔਰ ਇਹਦੇ 'ਤੇ ਕੋਈ ਬੋਲਿਆ ਨਹੀਂ ਮੂਹਰੇ ਇਹਨਾਂ ਦੇ ਸ਼੍ਰੋਮਣੀ ਕਮੇਟੀ ਆ ਜਿਹੜੀ ਉਹ ਬਹੁਤ ਵੱਡੀ ਸੀ ਸਾਨੂੰ ਚਾਹੀਦੀ ਆ ਹੋਣੀ ਚਾਹੀਦੀ ਆ ਪਰ ਨਿਰਪੱਖ ਹੋਣੀ ਚਾਹੀਦੀ ਆ ਜਿਹੜੇ ਉਹਦੇ ਪ੍ਰਧਾਨ ਆ ਉਹਨਾਂ ਨੂੰ ਹਿੰਮਤ ਹੋਣੀ ਚਾਹੀਦੀ ਆ ਬਾਦਲ ਦੇ ਸਾਹਮਣੇ ਜਾਂ ਕਿਸੇ ਦੇ ਸਾਹਮਣੇ ਬੋਲਣ ਦੀ ਕੋਈ ਨਹੀਂ ਬੋਲਿਆ ਇਹਨਾਂ ਤੋਂ ਪੈਸੇ ਖਾ ਖਾ ਕੇ ਉਹ ਸਾਰਾ ਕੁਛ ਕਰਦੇ ਰਹੇ ਆ ਚੁੱਪ ਚਾਪ ਰਹੇ ਆ ਕੀ ਹੁੰਦਾ ਸਾਡੇ ਧਰਮ ਬਾਰੇ ਕੀ ਹੁੰਦਾ ਇਹਨਾਂ ਨੇ ਤਾਂ ਦੋਨਾਂ ਨੇ ਪਿਓ ਪੁੱਤਾਂ ਨੇ ਅੰਮ੍ਰਿਤ ਵੀ ਨਹੀਂ ਛਕਿਆ ਕੁਛ ਵੀ ਨਹੀਂ ਇਹਨਾਂ ਨੂੰ ਪਤਾ ਨਹੀਂ ਆ ਨਾ ਇਹਨਾਂ ਨੇ ਕੁਛ ਕਰਨਾ ਇਹ ਬਿਲਕੁਲ ਕਾਬਲ ਨਹੀਂ ਹੈ ਇਸ ਕੰਮ ਦੇ ਇਹਦਾ ਆਪਦੀ ਆਪਦੀਆਂ ਜ਼ਮੀਨਾਂ ਬਣਾਉਂਦੇ ਰਹੇ ਹੋਟਲ ਬਣਾਉਂਦੇ ਰਹੇ ਗੱਡੀਆਂ ਬੱਸਾਂ ਪਾ ਲਈਆਂ ਸਾਰਾ ਕੁਛ ਇਹੀ ਕੰਮ ਕਰਦੇ ਰਹੇ ਇਹਨਾਂ ਨੂੰ ਕੋਈ ਧਰਮ ਦੇ ਨਾਲ ਕੁਛ ਮਤਲਬ ਹੀ ਹੈ ਨੀ ਗਾ ਇਹ ਬੇਫਿਕਰ ਆ ਔਰ ਇੰਦਰਾ ਗਾਂਧੀ ਨੂੰ ਫੋਨ ਇਹਨਾਂ ਨੇ ਕੀਤਾ ਬਈ ਸਾਡੇ ਬੱਸ 'ਚ ਨਹੀਂ ਇਹ ਸਾਧ ਹੀ ਦੱਸਦੇ ਸੀ ਪਿੰਡ ਵਾਲਿਆਂ ਨੂੰ ਇਹ ਬਈ ਤੁਸੀਂ ਜੇ ਕਰਨਾ ਹਮਲਾ ਕਰ ਲਿਓ ਤੇ ਸਾਨੂੰ ਤੁਸੀਂ ਅੰਦਰ ਜੇਲ੍ਹ 'ਚ ਭੇਜ ਦਿਓ ਜੇ ਤੇ ਤੁਹਾਡਾ ਦੋਨੋਂ ਅੰਦਰ ਚਲੇ ਗਏ ਔਰ ਉਹ ਹਮਲਾ ਹੋਇਆ ਸਾਡੇ ਤੇ ਸੱਤ ਦਿਨ ਕਰਫਿਊ ਲਗਾ ਰਿਹਾ ਪੰਜਾਬ 'ਚ ਉਦੋਂ ਮੈਨੂੰ ਯਾਦ ਆ ਮੈਂ ਉੱਥੇ ਸੀ ਬਹੁਤ ਲੋਕ ਤੰਗ ਸੀ ਇਹਨਾਂ ਨੇ ਸਾਰਾ ਕੁਛ ਕੰਮ ਕਰਾਇਆ ਔਰ ਇਹ ਸਿੱਖਾਂ ਦੇ ਹੱਕ 'ਚ ਕਦੇ ਵੀ ਨਹੀਂ ਬੋਲਦੇ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਆਪਣਾ ਪੱਖ ਰੱਖਿਆ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਤੁਸੀਂ ਜਿਹੜੇ ਸਿੱਧੂ ਸਾਹਿਬ ਕਰ ਰਹੇ ਆ ਨਾ ਡਿਸਕਸ ਬਹੁਤ ਅੱਛਾ ਕਰ ਰਹੇ ਨੇ ਡਿਸਕਸ ਬਾਦਲਾਂ ਸੱਚੀ ਮੁੱਚੀ ਬਹੁਤ 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 ਜੋ ਤੁਸੀਂ ਕਹਿ ਰਹੇ ਹੋ ਬਿਲਕੁਲ ਠੀਕ ਲੱਗ ਰਿਹਾ I go with dear all jo bhi tusi kehnde ho thanks ji bahut meharbani navdeep agle caller line to pehla apan dhanwad ta zarur kari ke aakhir sade vicharan de naal sehmati da pragtava kita gaya biba dekho jis mudde te assi gal karde hain assi koshish karde hain ke jis mudde di gal kariye sach di awaz tode tak pahunchai jave te ode mor tusi parwanagi tusi deni hundi hai dhanwad ਜੀ ਬਿਲਕੁਲ ਤਾਂ ਇਸ ਲਈ ਮੈਂ ਸ਼ੁਰੂਆਤ ਦੇ ਵਿੱਚ ਕਹਿੰਦੀ ਹਾਂ ਕਿ ਅਸੀਂ ਸਿੱਧੂ ਸਾਹਿਬ ਨੂੰ ਇਸ ਲਈ ਲਾਈਵ ਪ੍ਰੋਗਰਾਮ 'ਚ ਲੈ ਕੇ ਆਉਂਦੇ ਕਿਉਂਕਿ ਦਰਸ਼ਕ ਇਹਨਾਂ ਨੂੰ ਬੜਾ ਪਸੰਦ ਕਰਦੇ ਆ ਜੀ ਆਪਾਂ ਮੁੱਦਿਆਂ ਦੀ ਨਿਵਦੀ ਦੇਖੋ ਸਾਡਾ ਜਿਵੇਂ ਕਹਿੰਦੇ ਸਾਡਾ ਵਿਅਕਤੀਗਤ ਕੁਝ ਨਹੀਂ ਆਪਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰਦੇ ਹਾਂ ਨਾ ਉਹਦੇ 'ਚ ਇੱਕ ਬੜਾ ਫਿਕਰਾ ਅੱਜ ਐਸ ਜੀ ਪੀ ਸੀ ਦੀ ਜਦੋਂ ਗੱਲ ਹੁੰਦੀ ਹੈ ਤਾਂ ਜਥੇਦਾਰ ਗੁਰਚਰਨ ਸਿੰਘ ਟੋੜਾ ਵਾਰ ਵਾਰ ਆਪਾਂ ਨੂੰ ਚੇਤੇ ਆਉਂਦੇ ਆ ਕਿਉਂਕਿ ਐਸ ਜੀ ਪੀ ਸੀ ਦੀ ਪ੍ਰਧਾਨਗੀ ਅਤੇ ਜਥੇਦਾਰ ਟੋੜਾ ਦੋਨੇ ਗੱਲਾਂ ਆਪਸ ਵਿੱਚ ਇੰਨੀਆਂ ਜੁੜੀਆਂ ਸੀ ਲੰਬਾ ਸਮਾਂ ਜਥੇਦਾਰ ਟੋੜਾ ਨੇ ਉਸ ਕਮੇਟੀ ਦੀ ਅਗਵਾਈ ਕੀਤੀ ਤਾਂ ਉਹ ਗੱਲ ਕਹਿੰਦੇ ਹੁੰਦੇ ਸੀਗੇ ਵੀ ਪੰਥ ਵਸੇ ਇੱਦਾਂ ਦਾ ਉਹ ਫਿਕਰ ਇਸਤੇਮਾਲ ਕਰਦੇ ਸੀ ਮੈਂ ਉਜੜਾਂ ਕਿਵੇਂ ਮਤਲਬ ਪੰਥ ਦੀ ਖਾਤਰ ਜਿਹੜਾ ਤੁਸੀਂ ਬਹੁਤ ਕੁਝ ਕੀਤਾ ਜਾ ਸਕਦਾ ਜੇ ਤੁਸੀਂ ਪੰਥ ਦੇ ਨਾਲ ਜੁੜੇ ਵੀ ਹੋ ਉਹਦੇ ਲਈ ਕੁਰਬਾਨੀਆਂ ਦੇਣ ਦੀ ਗੱਲ ਹੈ ਜਦੋਂ ਆਪਾਂ ਵੱਡੇ ਵਡੇਰਿਆਂ ਦੀ ਗੱਲ ਕਰਦੇ ਹਾਂ ਕਿਸ ਤਰ੍ਹਾਂ ਘੱਲੂਘਾਰੇ ਹੋਏ ਹੈ ਕਿਸ ਤਰ੍ਹਾਂ ਪਹਿਲਾਂ ਭਾਈ ਸਾਹਿਬ ਕਹਿ ਕੇ ਗਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੋਰਚੇ ਲਾਏ ਕਿਸ ਤਰ੍ਹਾਂ ਗੁਰਦੁਆਰਾ ਸਾਹਿਬਾਨ ਆਜ਼ਾਦ ਕਰਵਾਏ ਕਿਸ ਤਰ੍ਹਾਂ ਦੇ ਮਹੰਤਾਂ ਨੂੰ ਉੱਥੋਂ ਕੱਢਿਆ ਗਿਆ ਬਹੁਤ ਵੱਡੀ ਇੱਕ ਕਹਾਣੀ ਹੈ ਪੰਥ ਜੇ ਅੱਜ ਇਸ ਪੜਾਅ ਦੇ ਉੱਤੇ ਪਹੁੰਚਿਆ ਆ ਕੇ ਤਾਂ ਪਰ ਹੁਣ ਲੀਡਰਸ਼ਿਪ ਜਿੰਨਾ ਲੋਕਾਂ ਦੇ ਹੱਥ 'ਚ ਹੈਗੀ ਹੈ ਨਵਦੀਪ ਕਿ ਸਾਡਾ ਭਾਈਚਾਰਾ ਉਮੀਦ ਕਰਦਾ ਹੈ ਕਿ ਬਈ ਜੋ ਉਹਦੀ ਨੁਮਾਇੰਦਗੀ ਜਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਦੇਖੋ ਆਪਾਂ ਗੁਰਦੁਆਰਾ ਸਾਹਿਬ ਜਾਂਦੇ ਹਾਂ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੁੰਦੇ ਹਾਂ ਸਾਡੀ ਆਸਥਾ ਹੀ ਹੈ ਨਾ ਅਤੇ ਉਹਦਾ ਜਿਹੜਾ ਪ੍ਰਬੰਧ ਹੈ ਜੋ ਪ੍ਰਬੰਧ ਕਰ ਰਹੇ ਲੋਕ ਹੈ ਧਾਰਮਿਕ ਹੈ ਚੁਣੇ ਹੋਏ ਨੁਮਾਇੰਦਾ ਜਥੇਬੰਦੀ ਦੀ ਨੁਮਾਇੰਦਗੀ ਕਰਦੇ ਹੈ ਜਦੋਂ ਉਹਨਾਂ ਦੇ ਆ ਕੇ ਸਵਾਲ ਉੱਠਦੇ ਆ ਤਾਂ ਸੁਭਾਵਿਕ ਹੈ ਤਾਂ ਜਿਨ੍ਹਾਂ ਲੋਕਾਂ ਨੇ ਜਿਹੜੇ ਪੰਥ ਨੇ ਜਿਹੜਾ ਸਿੱਖ ਭਾਈਚਾਰਾ ਜਿਹੜਾ ਉਹਨਾਂ ਦੀ ਨੁਮਾਇੰਦਗੀ ਨੂੰ ਅੱਗੇ ਤੋਰਦਾ ਜਿਹੜਾ ਹੈਗਾ ਤਾਂ ਸਵਾਲ ਤਾਂ ਉੱਠਣਗੇ ਨਾ ਜਦੋਂ ਪ੍ਰਬੰਧ ਦੇ 'ਚ ਨਗਾਰ ਆਏਗਾ ਜਿਹੜੀ ਜਥੇਬੰਦੀ ਨੇ ਜਿਸ ਸਿੱਖ ਭਾਈਚਾਰੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੰਨੀਆਂ ਕੁਰਬਾਨੀਆਂ ਦੇ ਕੇ ਬਣਾਈ ਹੋਵੇ ਆਪਣੀ ਆਸਥਾ ਆਪਣਾ ਧਰਮ ਇੰਨੀਆਂ ਕੁਰਬਾਨੀਆਂ ਦੇ ਕੇ ਖੋਪੜੀਆਂ ਉਤਰਵਾ ਕੇ ਜੇਲ੍ਹਾਂ ਕੱਟ ਕੇ ਵੱਡੀਆਂ ਵੱਡੀਆਂ ਕੁਰਬਾਨੀਆਂ ਪੂਰੇ ਦੇ ਪੂਰੇ ਪਰਿਵਾਰ ਜਿਹੜੇ ਹੈਗੇ ਆ ਕੁਰਬਾਨ ਕਰਕੇ ਬਚਾਇਆ ਹੋਵੇ ਅਤੇ ਫਿਰ ਜਦੋਂ ਉਹਨੂੰ ਜਿੱਦਾਂ ਭਾਈ ਸਾਹਿਬ ਕਹਿ ਕੇ ਗਏ ਹੈ ਕਿ ਲੀਡਰਸ਼ਿਪ ਇਹੋ ਜਿਹੀ ਆ ਜਾਏ ਜਿਹੜੀ ਕਹਿ ਕੇ ਇਹਨਾਂ ਦੇ ਹੋਟਲ ਜਿਹੜੇ ਹੈਗੇ ਆ ਉਹ ਕਿੱਦਾਂ ਅੰਬਰਾਂ ਤੱਕ ਪਹੁੰਚਦੇ ਆ ਕਿੱਦਾਂ ਜਿਹੜਾ ਹੈਗਾ ਹੋਰ ਕਾਰੋਬਾਰ ਵਾਧਾ ਹੁੰਦਾ ਹੈ
ਸੋ ਅਕਸਰ ਆਪਾਂ ਗੱਲ ਕਰਦੇ ਹਾਂ ਕਿ ਇਹ ਦੋ ਮੁੱਦੇ ਹੈ, ਜਾਂ ਤੁਸੀਂ ਆਪਣਾ ਕਾਰੋਬਾਰ ਚਲਾ ਲਓ ਜਾਂ ਤੁਸੀਂ ਜਿਹੜਾ ਹੈਗਾ ਸਿੱਖ ਪੰਥ ਦੀ ਨੁਮਾਇੰਦਗੀ ਕਰੋ। ਜਦੋਂ ਇਸ ਗੱਲ ਹੀ ਤੁਸੀਂ ਇਸਤੇਮਾਲ ਕਰਦੇ ਹੋ ਨਾ ਕਿ ਪੰਥ ਨੂੰ ਵੀ ਆਪਣੇ ਕਾਰੋਬਾਰ ਲਈ ਇਸਤੇਮਾਲ ਕੀਤਾ ਜਾਏਗਾ, ਤਾਂ ਫਿਰ ਉਸ ਮਾਮਲੇ 'ਤੇ ਨਦੀ ਸਵਾਲ ਤਾਂ ਉੱਠਣਗੇ, ਸੁਭਾਵਿਕ ਹੈ ਜੀ। ਅਤੇ ਸਿੱਧੂ ਸਾਹਿਬ, ਜਿਸ ਤਰੀਕੇ ਨਾਲ ਦਰਸ਼ਕ ਸਵਾਲ ਕਰਦੇ ਨੇ, ਉਹ ਕਹਿੰਦੇ ਨੇ ਕਿ ਅਕਾਲੀ ਦਲ ਅਤੇ SGPC ਉਹ ਸਮੇਂ ਦੀਆਂ ਲੋੜਾਂ ਨੇ ਅਤੇ ਉਹਨਾਂ ਦਾ ਹੋਣਾ ਬੇਹੱਦ ਜ਼ਰੂਰੀ ਹੈ ਨਾ। ਤਾਂ ਅਕਾਲੀ ਦਲ ਕਿਸ ਤਰੀਕੇ ਨਾਲ ਹਾਸ਼ੀਏ 'ਤੇ ਗਿਆ, ਇਹ ਸਭ ਨੂੰ ਪਤਾ ਕਿ ਹੁਣ ਕਿੰਨੇ ਕੁ ਮੈਂਬਰ ਉਹਦੇ ਵਿੱਚ ਰਹਿ ਕੇ, ਇਹ ਵੀ ਸਭ ਨੂੰ ਪਤਾ ਹੈ ਕਿ ਬਾਕੀ ਜਿਹੜੇ ਅਕਾਲੀ ਦਲ ਦੀ ਜਿਹੜੀ ਨੁਮਾਇੰਦਗੀ ਕਰਦੇ ਸੀਗੇ ਜਾਂ ਇਹਦੇ ਨਾਲ ਜੁੜੇ ਹੋਏ ਆਗੂ ਸੀਗੇ, ਜੇ ਟਕਸਾਲੀ ਆਗੂ ਸੀਗੇ, ਮਤਲਬ ਕਿ ਕੋਈ ਵੀ ਅਜਿਹਾ ਨਹੀਂ ਹੈ ਜੋ ਇਸ ਨੂੰ ਦੁਬਾਰਾ ਤੋਂ ਉਭਾਰਨ ਦੀ ਕੋਸ਼ਿਸ਼ ਕੀਤੀ ਜਾਵੇ, ਜਾਂ ਕੁਛ ਵੀ ਅਜਿਹਾ ਨਹੀਂ ਹੋ ਸਕਦਾ ਜਿਸ ਦੇ ਨਾਲ ਇੱਕ ਵਾਰ ਫਿਰ ਤੋਂ ਉਹ ਪੁਰਾਣਾ ਅਕਾਲੀ ਦਲ ਜਿਹੜਾ ਵਾਪਸ ਆ ਸਕੇ। ਨਵਦੀਪ, ਇੱਦਾਂ ਦੀ ਗੱਲ ਨਹੀਂ। ਨਵਦੀਪ ਨੇ ਬੜਾ ਅਹਿਮ ਸਵਾਲ ਲਿਆ ਕਿ ਕੀ ਇਸ ਵੇਲੇ ਕੋਈ ਇਹੋ ਜਿਹੇ ਨੇਤਾ ਨਹੀਂ ਹੈ ਜਿਹੜੇ ਨੇਤਾ ਜਿਹੜਾ ਮੁੜ ਕੇ ਅਕਾਲੀ ਦਲ ਨੂੰ ਉਭਾਰ ਸਕਣ, ਇੱਦਾਂ ਦਾ ਮੁੱਦਾ ਨਹੀਂ ਹੈ। ਸਮੇਂ ਸਮੇਂ ਦੇ ਉੱਤੇ ਅਕਾਲੀ ਦਲ ਦੇ ਅੰਦਰੋਂ ਵੀ ਆਵਾਜ਼ਾਂ ਉੱਠਦੀਆਂ ਰਹੀਆਂ, ਪਰ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਨਵਦੀਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਪਾਂ ਗੱਲ ਕਰ ਲਈਏ, ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਲਈਏ, ਇੱਕ ਇਹੋ ਜਿਹੀ ਲੀਡਰਸ਼ਿਪ ਕਾਬਜ਼ ਹੋ ਗਈ ਜਿਹਨੇ ਬਾਕੀਦਿਆਂ ਨੂੰ ਜਿਹੜਾ ਹੈਗਾ ਹਾਸ਼ੀਏ 'ਤੇ ਧੱਕ ਦਿੱਤਾ, ਜਿਹੜੀਆਂ ਪਰਿਸਥਿਤੀਆਂ ਬਣੀਆਂ। ਜਦੋਂ ਆਪਾਂ ਜ਼ਿਕਰ ਕਰਦੇ ਹਾਂ ਉਹਨਾਂ ਆਗੂਆਂ ਦਾ, ਚਾਹੇ ਉਹਨਾਂ ਦੇ ਆਪਣੇ ਕਈ ਮਾਮਲਿਆਂ 'ਚ ਮਤਭੇਦ ਹੋਣਗੇ, ਸੁਖਦੇਵ ਸਿੰਘ ਢੀਂਡਸਾ ਦੀ ਗੱਲ ਕਰ ਲਈਏ, ਜਥੇਦਾਰ ਪੌਰ ਦੀ ਗੱਲ ਕਰ ਲਈਏ, ਹੁਣ ਆਪਾਂ ਲੇਟੈਸਟ ਜੇ ਆਪਾਂ ਮੁੱਦੇ ਦੀ ਗੱਲ ਕਰੀਏ ਤਾਂ ਮਨਪ੍ਰੀਤ ਆਲੀ ਦੀ ਗੱਲ ਕਰ ਲਈਏ। ਮਨਪ੍ਰੀਤ ਆਲੀ ਨੂੰ ਨਵਦੀਪ, ਮੈਂ ਬੀਂਗ ਏ ਜਰਨਲਿਸਟ, ਉਹਦੇ ਹਲਕੇ 'ਚ ਵੀ ਗਿਆ। ਇਹ ਠੀਕ ਹੈ ਕਿ ਜਦੋਂ ਆਪ ਦੀ ਬਹੁਤ ਜ਼ਿਆਦਾ ਚੜ੍ਹ ਸੀਗੀ ਤਾਂ ਆਪ ਦੇ ਨੁਮਾਇੰਦੇ ਜਿਹੜੇ ਹੈਗੇ ਉਹਨਾਂ ਨੇ ਉਹਨਾਂ ਨੂੰ ਉੱਥੋਂ ਹਰਾ ਤਾ ਇੱਕ ਵਾਰੀ, ਪਰ ਜਿਸ ਤਰੀਕੇ ਨਾਲ ਉੱਥੇ ਉਹਨੇ ਪਿੰਡਾਂ 'ਚ ਪਾਰਕ ਬਣਾਏ, ਕੰਮ ਕਰਿਆ, ਇੱਕ ਉਹਦੀ ਗੱਲ ਹੈਗੀ ਹੈ। ਮੈਂ ਆਪਣੇ ਦਰਸ਼ਕਾਂ ਨਾਲ ਜ਼ਰੂਰ ਇਹ ਗੱਲ ਸ਼ੇਅਰ ਕਰਨੀ ਚਾਹਾਂਗਾ। ਮੈਂ ਆਪ ਆਪਣੇ ਕੰਨੀ ਜਿਵੇਂ ਕਹਿੰਦੇ ਦੇਖੇ ਸੁਣਿਆ ਅਤੇ ਦੇਖਿਆ ਹੈਗਾ, ਪ੍ਰਕਾਸ਼ ਸਿੰਘ ਬਾਦਲ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਲੋਕਾਂ 'ਚ ਕਿਸ ਤਰ੍ਹਾਂ ਜਾਣਾ ਹੈ, ਕਿਸ ਤਰ੍ਹਾਂ ਕੰਮ ਕਰਨਾ, ਲੋਕਾਂ ਦੇ ਕੰਮਾਂ ਦਾ ਕਿਸ ਤਰ੍ਹਾਂ ਦਾ ਨਿਪਟਾਰਾ ਹੋਣਾ ਚਾਹੀਦਾ ਹੈ। ਇਹਦੀ ਮਿਸਾਲ ਜੇ ਕਿਸੇ ਨੇ ਲੈਣੀ ਹੈ ਤਾਂ ਮਨਪ੍ਰੀਤ ਆਲੀ ਤੋਂ ਲਓ। ਹੁਣ ਉਹੀ ਮਨਪ੍ਰੀਤ ਆਲੀ ਕੂਕ ਕੂਕ ਕੇ ਕਹਿ ਰਿਹਾ ਕਿ ਆਪਾਂ ਨੂੰ ਅਕਾਲੀ ਦਲ ਦੇ ਅੰਦਰ ਸੁਧਾਰ ਕਰਨਾ ਚਾਹੀਦਾ ਹੈ, ਇਹਦੇ ਨਾਲ ਬਹੁਤ ਵੱਡੀਆਂ ਗੱਲਾਂ ਜਿਹੜੀਆਂ ਹੈਗੀਆਂ ਜਿਹੜੀਆਂ ਸਾਡੇ ਉੱਤੇ ਉੱਠ ਰਹੀਆਂ। ਹੁਣ ਦੇਖੋ ਅਗਲੇ ਦਿਨਾਂ ਦੇ ਵਿੱਚ ਮੇਰੀ ਜਾਣਕਾਰੀ ਮੁਤਾਬਕ ਸੁਖਬੀਰ ਬਾਦਲ ਉਹਨੇ ਮਨਪ੍ਰੀਤ ਆਲੀ ਤੱਕ ਕਿਹਾ ਕਿ ਮੈਨੂੰ ਆ ਕੇ ਮਿਲੋ, ਸ਼ਾਇਦ ਇੱਕ ਦੋ ਦਿਨਾਂ ਦੇ ਅੰਦਰ ਮੁਲਾਕਾਤ ਵੀ ਪੋਸੀਬਿਲਟੀ ਹੋ ਸਕਦੀ ਹੈ ਜੀ। ਪਰ ਉਹ ਮੁਲਾਕਾਤ 'ਚੋਂ ਕੀ ਨਿਕਲ ਕੇ ਇਹ ਤਾਂ ਬਾਅਦ ਦੀਆਂ ਗੱਲਾਂ ਹੈ। ਸਵਾਲ ਇਹ ਪੈਦਾ ਹੁੰਦਾ ਜੋ ਨਵਦੀਪ ਨੇ ਕਿਹਾ ਕਿ ਇਹ ਨਹੀਂ ਹੈ ਕਿ ਅਕਾਲੀ ਦਲ ਦੇ ਅੰਦਰੋਂ ਆਵਾਜ਼ਾਂ ਉੱਠਦੀਆਂ ਨਹੀਂ ਰਹੀਆਂ, ਪਰ ਦੂਜੀ ਆਵਾਜ਼ ਨਵਦੀਪ ਇੰਨੀ ਵੱਡੀ ਭਾਰੂ ਸੀ ਕਿ ਬਾਕੀ ਦੀਆਂ ਆਵਾਜ਼ਾਂ ਦਬ ਕੇ ਰਹਿ ਜਾਂਦੀਆਂ। ਇਸ ਕਰਕੇ ਜੇ ਕਿਸੇ ਨੇ ਗੱਲ ਵੀ ਕੀਤੀ ਜਾਂ ਤਾਂ ਉਹਨੂੰ ਅਕਾਲੀ ਦਲ ਛੱਡਣਾ ਪਿਆ ਜਾਂ ਚੁੱਪ ਕਰਕੇ ਹਾਸ਼ੀਏ 'ਤੇ ਬੈਠ ਗਿਆ। ਸਥਿਤੀ ਇਹ ਬਣ ਗਈ ਕਿ ਇਹ ਤਾਂ ਆਪਣੇ ਵਿਰੋਧੀਆਂ ਨੂੰ ਹਾਸ਼ੀਏ 'ਤੇ ਕਰਦੇ ਸੀ, ਦੂਜਿਆਂ ਨੂੰ ਹਾਸ਼ੀਏ 'ਤੇ ਕਰਦੇ ਕਰਦੇ ਜਿਹੜੀ ਮੌਜੂਦਾ ਲੀਡਰਸ਼ਿਪ ਹੈ ਆਪ ਹੀ ਨਵਦੀਪ ਹਾਸ਼ੀਏ 'ਤੇ ਚਲੀ ਗਈ ਜੀ। ਬਿਲਕੁਲ, ਅਤੇ ਕਾਲਰ ਵੀ ਲਗਾਤਾਰ ਸਾਡੇ ਨਾਲ ਬਣ ਰਹੀ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਕੁਲਾਰ ਸਾਹਿਬ। ਹਾਂਜੀ ਕੁੜੀਓ, ਮੈਂ ਕਲਾਰ ਬੋਲਦਾ ਅੰਡਾਰੀਓ ਤੋਂ। ਸਿੱਧੂ ਭਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਜੀ। ਹਾਂਜੀ ਬਾਈ ਜੀ, ਗੱਲ ਇੱਦਾਂ ਆ ਬਈ, ਸਭ ਤੋਂ ਵੱਧ ਅਸੀਂ ਪੰਜਾਬੀ ਜੋ ਵੀ ਸਾਡਾ ਸ਼੍ਰੋਮਣੀ ਕਮੇਟੀ ਦਾ ਜਿਹੜੇ ਤੁਸੀਂ ਵਿਚਾਰ ਕਰ ਰਹੇ ਹੋ, ਇਹਦੇ ਵਿੱਚ ਸਭ ਤੋਂ ਵੱਧ ਅਸੀਂ ਪੰਜਾਬੀ ਸਿੱਖ ਕੌਮ ਅਸੀਂ ਕਸੂਰ ਪਾ ਰਹੇ ਹਾਂ। ਜਦੋਂ ਵੀ ਬੇੜੀ ਡੋਬੀ ਡੋਬੀ ਖੁਦ ਬਲਾਹਾਂ ਨੇ। ਦੂਸਰੀ ਗੱਲ ਆ ਕਿ ਪਹਿਲਾਂ ਗੁਰਦੁਆਰੇ ਹੁੰਦੇ ਸੀ ਕੱਚੇ ਤੇ ਬੰਦੇ ਹੁੰਦੇ ਸੀ ਪੱਕੇ, ਹੁਣ ਗੁਰਦੁਆਰੇ ਹੈਗੇ ਪੱਕੇ ਤੇ ਬੰਦੇ ਹੈਗੇ ਕੱਚੇ। ਨਿਗਾਹ ਮਾਰ ਕੇ ਵੇਖ ਲਓ ਜੀ ਆਪਣੀ ਕੌਮ ਦੇ ਵਿੱਚ ਕੀ ਕੁਛ ਹੋਣ ਡਿਆ। ਇਸ ਕਰਕੇ ਇੱਕ ਤੁਸੀਂ ਇੱਕ ਹੋਰ, ਤੁਸੀਂ ਵੀਰ ਜੀ ਤੁਸੀਂ ਪੱਤਰਕਾਰ ਹੋ, ਮੈਂ ਤੁਹਾਤੋਂ ਇੱਕ ਮਤਲਬ ਸਵਾਲ ਪੁੱਛਦਾ। ਤੁਸੀਂ ਦੇਖੋ ਸਿੱਖ ਕੌਮ ਕਿੱਡੀ ਬਲਵਾਨ, ਕਿੱਡੀ ਸੂਰਮਗਤੀ, ਕਿੱਡੀ ਬਹਾਦਰਾ, ਕਿੱਡੀ ਦਾਨੀ ਆ। 24 ਘੰਟੇ ਇਹਨਾਂ ਦੇ ਗੁਰਦੁਆਰਿਆਂ ਦੇ ਵਿੱਚ ਲੰਗਰ ਚੱਲਦਾ, ਕੋਈ ਵੀ ਅਣਪਛਾਤਾ ਕੋਈ ਵੀ ਬੰਦਾ ਆ ਜਾਏ ਉਹਨੂੰ ਰਹਿਣ ਨੂੰ ਰਾਤ ਕੱਟਣ ਦਾ ਸਾਰਾ ਇੰਤਜ਼ਾਮ ਹੁੰਦਾ, ਕਿੰਨੇ ਵੱਡੇ ਦਾਨੀ ਨੇ। ਪਰ ਇੱਕ ਤੁਸੀਂ ਜਗ੍ਹਾ ਮਾਰ ਕੇ ਦੇਖੋ ਕਿ ਸਭ ਤੋਂ ਜ਼ਿਆਦਾ ਬਦਨਾਮੀ ਵੀ ਸਾਡੀ ਹੋ ਰਹੀ ਹੈ, ਜਿਵੇਂ ਪੰਜਾਬੀ 'ਚ ਕਹਿ ਲਵਾਂ ਸਾਡੀਆਂ ਜੁੱਤੀਆਂ ਸਾਡੇ ਸਿਰ। ਕਿਉਂ, ਇਹਦਾ ਕਾਰਨ ਕੀ ਆ? ਜਿੱਦਣ ਸਾਨੂੰ ਇਹ ਲੱਭਿਆ ਜੀ ਉੱਦਣ ਸਾਰਾ ਵਿਵਾਦ ਬੰਦ ਹੋ ਜਾਊਗਾ, ਨਾ ਅਸੀਂ ਪਾਣੀ ਦੇ ਲਾਗੇ ਜਾਈਏ, ਨਾ ਅਸੀਂ ਆਪਣੇ ਆਪ ਨੂੰ ਸੁਧਾਰੀਏ, ਬੜਬੜੀਆਂ ਪੱਗਾਂ ਬੰਨ ਕੇ ਜਥੇਦਾਰਾਂ ਦੇ ਕੈਂਠੇ ਗਲਾਂ 'ਚ ਪਾ ਲੈ ਅਤੇ ਆਪੋ ਆਪਣੀਆਂ ਫੀਤੀਆਂ ਲਾ ਲਈਆਂ ਅਤੇ ਗੱਡੀਆਂ ਚੱਕ ਲਈਆਂ। ਅੱਗੇ ਪਹਿਲਾਂ ਲੋਕ ਹੁੰਦੇ ਸੀ ਨਾਮ ਦੇ ਧਾਰਨੀ, ਅੱਜ ਕਿੰਨੇ ਜਥੇਦਾਰ ਨੇ ਮਾਇਆ ਦੇ ਧਾਰਨੀ, ਜਿਸ ਕਰਕੇ ਬੇੜਾ ਤਾਂ ਕਰਕੇ ਹੋਇਆ ਵੀਰ ਜੀ। ਉੱਚਾ ਨੀਵਾਂ ਬੋਲਿਆ ਚੱਲਿਆ, ਮਾਫ਼ ਬ੍ਰਦਰ। ਓਕੇ, ਬਹੁਤ ਵਧੀਆ, ਬਹੁਤ ਚੰਗੀ ਗੱਲ ਕਹਿ ਕੇ ਗਏ ਹੋ ਤੁਸੀਂ। ਤੁਸੀਂ ਜੋ ਕਮੈਂਟ ਕੀਤੇ ਹੈ, ਜਿਸ ਤਰ੍ਹਾਂ ਅਸੀਂ ਤੁਹਾਡੀ ਗੱਲ ਸੁਣੀ ਹੈ, ਜਿਹੜੇ ਲੋਕ ਦੁਨੀਆਂ ਭਰ 'ਚ ਬੈਠੇ ਪੰਜਾਬੀ ਤੁਹਾਨੂੰ ਸੁਣ ਰਹੇ ਸੀ, ਮੇਰੇ ਖਿਆਲ ਉਹਨਾਂ ਨੂੰ ਵੀ ਤੁਸੀਂ ਇੱਕ ਅੱਛਾ ਮੈਸੇਜ ਦੇ ਕੇ ਗਿਆ। ਮੈਨੂੰ ਇਹ ਗੱਲ ਬਹੁਤ ਚੰਗੀ ਲੱਗੀ
कि जिहड़े कि गुरद्वारा साहिबां दा असीं पक्के कर ले ते आप कच्चे हो गए। भाई साहब मैं तुहाडे नाल एक गल हल्की जी जिहड़ी कि शेयर करनी चाहुंदा समें दे लिहाज दे नाल। जिद्दां दा सिख भाईचारे दीआं परंपरावां हैगीआं, लंगर दी तुसीं गल करके गए हो, मैं चंडीगढ़ के अंदर ही एक मुस्लिम भाईचारे नाल गल कर रहा जो कोरोना का पीरियड चल रहा है। नवदीप कहिंदे कि असीं मलोआ पिंड दे जिहड़ा चंडीगढ़ के नाल ही मलोआ हैगा ते असीं उत्थे रहिंदे सी मुस्लिम भाईचारा, यूपी तो आके लोग अपना काम धंधा करते जिस तरह। वह कहिंदे जी सानूं कोई दिक्कत नहीं आई गुरद्वारा साहिबान के अंदर, जिहड़ा सानूं खाण लई खाणा दिता गया, कपड़ियां का इंतजाम किया गया, जे किसी कोई बीमार सी दवाइयां का इंतजाम किया गया। सो साडे भाईचारे दीआं जिहड़ियां चंगीआं परंपरावां हैगीआं गुरु साहिबान दी जिहड़ी हैगी, असीं उहनां दी जे सेध दे विच चलदे आं तां दुनिया भर च इन्हां मुद्दिआं नूं लै के सिख भाईचारे की प्रशंसा भी हुंदी है, पर यह भी ठेका नहीं लिया जे असीं गलत गल्लां करांगे तां उहनां दी बदनामी क्यों नहीं होएगी। जे साडे अपने अंदर ही निघार है जिद्दां तुसीं कह के गए हो कि जे असीं कच्चे हो गए तां कच्चा ने कच्चे ही रहना है। जे इस तरह ही जिद्दां सिंघ साहिबान की आपां गल करदे आं, दूजे जिहड़ी लीडरशिप की उहनां दी गल करदे आं, जे सत्ता दा तिलक आपां मत्थे ते लाउण दे लई, देखो एक गल अज क्योंकि मुद्दा इदा का, मैं मनप्रीत अयाली का वार बार जिक्र कर रहा, मनप्रीत अयाली क्योंकि युवा नेता जी ने पहली बार इस मुद्दे पर खुल के आवाज़ उठाई है, नहीं तो उही गल है कि तुम अपने चौधरों लिए चुप करके बैठे रहने हो। अयाली ने कहा कि आपां नूं सत्ता हासिल करने के लिए जिहड़े पंथक मुद्दे आ उन्होंने गवाता है, जे आपां सत्ता का तिलक मत्थे ते लाउण दे लई बाकी सारा कुछ विसारता फिर दुनिया भर दे तुहाडी निंदा तो होएगी, पर साड़ियाँ परंपरावान साडा जिहड़ा विरासत है उसका क्या कमाल है, दुनिया भर च उस दीआं सिफतां हुंदीआं, जे उस ते कोई छिट्टा पैंदा तां बिल्कुल सही कह रहे हैं, असीं आप जिम्मेवार हैं जी जी। पर सिद्धू साहब उत्थे एक दादेणी होर बनती है कि साडे पंजाब दे विच सत्त समुंदर पार जिथे जिथे भी साडे पंजाबी जाके बह गए ने, गुरु घरां दे विच कोई फंक्शन हुंदा है ना, कोई समागम हुंदा है, कोई मतलब कि पिंड दे विच कुछ करवाउणा हुंदा है तां उहनां वल्लों दसवंध दे तौर ते कुछ ना कुछ जरूर आउंदा है ना, जिस दे नाल की है पिंड वालिआं नूं भी आस हुंदी है कि साडा फलाणा बंदा जिहड़ा कनेडा च रहिंदा अमरीका च रहिंदा पहले ही फोन उहनां नूं लाया जांदा है कि तुसीं की दसवंध है जिहड़ा उह भेज रहे हो, तां बहुत वड्डी गल है कि उहनां दा जिहड़ा अहम योगदान है उह पंजाब दे विच है, तां उहनां दे सिरां ते भी बहुत सारे ਜਿਹੜੇ ਲੰਗਰ ਨੇ ਉਹ ਚੱਲਦੇ ਨੇ। ਨਦੀਪ ਅਖਲਾਕ ਦੀ ਗੱਲ ਹੈ, ਜਿੱਦਾਂ ਮੈਂ ਕਿਹਾ ਕਿ ਸਾਡਾ ਕਰੈਕਟਰ ਹੈ ਸਿੱਖ ਭਾਈਚਾਰੇ ਦਾ ਪੰਜਾਬੀਆਂ ਦਾ ਜਿਹੜਾ ਹੈਗਾ, ਉਹ ਅਖਲਾਕ ਜਿਹੜਾ ਹੈਗਾ ਉਹ ਨਹੀਂ ਜਾਂਦਾ ਤੁਹਾਡੀਆਂ ਭਾਈਚਾਰੇ ਦੇ ਅੰਦਰੋਂ, ਤੁਹਾਡੀਆਂ ਨਸਲਾਂ ਦੇ ਅੰਦਰੋਂ ਜਿਹੜਾ, ਉਹਦੇ 'ਚ ਕੁਝ ਲੋਕ ਜ਼ਰੂਰ ਜਿਹੜਾ ਹੈਗਾ ਕਈ ਵਾਰੀ ਮੌਕਾ ਪਾ ਕੇ ਅੱਗੇ ਆ ਜਾਂਦੇ ਹੈ। ਜੇ ਕਿਸੇ ਨੇ ਬੋਰਡ ਦਾ ਦਰਖਤ ਲਾਇਆ ਨਵਦੀਪ, ਜਿੱਥੇ ਵੀ ਲੱਗੇਗਾ ਉਹਨੇ ਸ਼ਹਾਦਤ ਦੇਣੀ ਦੇਣੀ ਹੈ। ਇਸੇ ਤਰੀਕੇ ਨਾਲ ਜਦੋਂ ਸਿੱਖ ਭਾਈਚਾਰੇ ਦੀ ਜਿਹੜੀ ਚੰਗੀਆਂ ਪਰੰਪਰਾਵਾਂ, ਲੰਗਰ ਦੀ ਗੱਲ ਕਰ ਲਈਏ, ਇੱਕ ਦੂਜੇ ਮਦਦ ਦੀ ਗੱਲ ਕਰ ਲਈਏ, ਭਰੋਸੇਯੋਗਤਾ ਦੀ ਗੱਲ ਕਰ ਲਈਏ, ਜੋ ਦੁਨੀਆ ਭਰ 'ਚ ਸਾਡਾ ਜਿੱਦਾਂ ਨਵਦੀਪ ਕਹਿ ਰਹੇ ਆ, ਇਕੱਲਾ ਸਿਰਫ ਇਹ ਨਹੀਂ ਕਿ ਪੰਜਾਬ ਦੇ ਪਿੰਡਾਂ ਦੇ ਅੰਦਰ ਹੀ ਸਾਡੇ ਜਿਹੜੇ ਪ੍ਰਵਾਸੀ ਭਾਈਚਾਰਾ ਉਹਨਾਂ ਨੇ ਇੱਥੇ ਆ ਕੇ ਮਦਦ ਕਰ ਰਹੇ ਆ, ਲੰਗਰਾਂ ਦੀ ਗੱਲ ਕਰ ਰਹੇ ਆ, ਉਹਨਾਂ ਦੇ ਵਿਕਾਸ ਦੀ ਗੱਲ ਕਰ ਰਹੇ ਆ, ਦੁਨੀਆ ਭਰ 'ਚ ਜਿਹੜੀ ਤੁਸੀਂ ਆਪਣੀ ਜਾ ਕੇ ਥਾਂ ਬਣਾਈ ਹੈ ਉਹ ਵੀ ਤਾਂ ਸਾਡਾ ਅਖਲਾਕ ਹੀ ਹੈ ਨਾ, ਕੋਈ ਮੈਸੇਜ ਤਾਂ ਗਿਆ ਹੀ ਹੈ। ਅੱਜ ਅਕਸਰ ਜਿਹੜੇ ਹੈਗੇ ਸਾਡੇ ਲੋਕ ਇੱਧਰ ਵੀ ਇਹ ਗੱਲ ਕਰਦੇ ਕਿ ਹੁਣ ਇੱਕ ਪੰਜਾਬ ਨਹੀਂ ਦੁਨੀਆ ਭਰ 'ਚ ਕਈ ਪੰਜਾਬ ਹੈ, ਉਹ ਪੰਜਾਬ ਕਿੰਨਾ ਨੇ ਵਸਾਏ, ਸਾਡੇ ਭਾਈਚਾਰੇ ਨਹੀਂ ਵਸਾਏ ਨਾ, ਕੋਈ ਅਖਲਾਕ ਤਾਂ ਹੈ ਹੀ ਹੈ ਨਾ, ਕੋਈ ਐਸੀ ਗੱਲ ਤਾਂ ਹੈ ਹੀ ਆ ਕਿ ਸਾਡੀ ਹਸਤੀ ਮਿੜਦੀ ਨਹੀਂ, ਦੁਸ਼ਮਣੀ ਤਾਂ ਸਦੀਆਂ ਤੋਂ ਜਿਹੜੀ ਕਿ ਬਹੁਤ ਸਾਰੇ ਜਿਹੜੀਆਂ ਆਗੂਆਂ ਵੱਲੋਂ ਬਹੁਤ ਸਾਰੇ ਲੋਕਾਂ ਵੱਲੋਂ ਸਾਡੇ ਨਾਲ ਹੁੰਦੀ ਰਹੀ ਹੈ, ਇਹਦੇ ਬਾਵਜੂਦ ਵੀ ਜੇ ਅਸੀਂ ਸਰਵਾਈਵ ਕਰ ਰਹੇ ਹਾਂ, ਨਵਦੀਪ ਤਾਂ ਫਿਰ ਕੋਈ ਗੱਲ ਤਾਂ ਹੈ ਹੀ ਹੈ ਨਾ ਜੀ। ਬਿਲਕੁਲ, ਅਤੇ ਅਗਲੇ ਕਾਲਰ ਵੀ ਸਾਡੇ ਨਾਲ ਜੁੜ ਕੇ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਹੈਲੋ ਆਨੇਰੋ ਜੀ, ਤੁਸੀਂ ਸਵਾਗਤ ਹੈ ਤੁਹਾਡਾ। ਥੈਂਕ ਯੂ ਜੀ। ਆਪਣੇ ਸਾਰਾ ਬਾਦਲ ਗਿਆ ਨੇ ਪੱਠਾ ਬਿਠਾਇਆ ਜੀ, ਇਹ ਸਾਰੇ ਜ਼ਿੰਮੇਵਾਰ ਇਸ ਚੀਜ਼ ਦੇ ਇਹੀ ਹੈ, ਇਹਨਾਂ ਨੂੰ ਆਪਣ 11 ਸਾਲ ਹੋ ਗਏ SCP ਦੇ ਇਲੈਕਸ਼ਨ ਨਹੀਂ ਹੋੜ ਦੇ ਰਹੇ ਸੈਂਟਰ ਦੀ ਮਦਦ ਦੇ ਨਾਲ, ਇਹਨਾਂ ਇਲੈਕਸ਼ਨ ਕਰਾਉਣੇ ਚਾਹੀਦੇ ਆ ਫੇਅਰ, ਤੇ ਤਾਂ ਠੀਕ ਹੋ ਸਕਦਾ ਕੁਛ, ਨਹੀਂ ਤਾਂ ਬੇੜਾ ਗਰ ਕਰਤਾ ਇਹਨਾਂ ਨੇ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਤੁਸੀਂ ਨਵਦੀਪ, ਇਹਨਾਂ ਇਸ ਮੁੱਦੇ ਤੇ ਮੈਂ ਜ਼ਰੂਰ ਜ਼ਿਕਰ ਕਰਨਾ ਚਾਹਾਂਗਾ, ਕਿਉਂਕਿ ਵੱਡੀ ਗੱਲ ਭਾਈ ਸਾਹਿਬ ਤੁਸੀਂ ਕਹਿ ਕੇ ਗਏ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 2011 ਤੋਂ ਬਾਅਦ ਚੋਣਾਂ ਹੀ ਨਹੀਂ ਹੋਈਆਂ, ਆਪਾਂ ਸੰਵਿਧਾਨ ਇਹ ਕਹਿੰਦਾ ਕਿ 5 ਸਾਲ ਬਾਅਦ ਇਲੈਕਸ਼ਨ ਜਿਹੜੀ ਕਿ SCPC ਦੀ ਹੋਣੀ ਹੈ। ਇੱਕ ਤਾਂ ਕੇਂਦਰ ਦੀਆਂ ਸਰਕਾਰਾਂ ਉਹਨਾਂ ਦੀ ਬੇਈਮਾਨੀ, ਜੇ ਕਿਸੇ ਸੰਸਥਾ ਦੀ ਇਲੈਕਸ਼ਨ ਹੀ ਨਾ ਹੋਵੇ, ਮੈਂ ਕਹਿੰਦਾ ਕਿ SGPC ਤਾਂ ਬਹੁਤ ਵੱਡੀ ਗੱਲ ਹੈ ਨਵਦੀਪ, ਜੇ ਕਿਸੇ ਪੰਚਾਇਤ ਦੀ ਇਲੈਕਸ਼ਨ ਨਾ ਹੋਵੇ, ਕਿਸੇ ਆਰਗੇਨਾਈਜੇਸ਼ਨ ਦੀ ਸੰਸਥਾ ਦੀ ਇਲੈਕਸ਼ਨ ਨਾ ਹੋਵੇ, ਤਾਂ ਉਹਦਾ ਵੀ ਪੱਠਾ ਬੈਠ ਜਾਂਦਾ, ਕਿਉਂਕਿ ਉਹਦੇ 'ਚ ਕ੍ਰਿਤੀਆਂ ਆ ਜਾਂਦੀਆਂ, ਉਹਨਾਂ ਕ੍ਰਿਤੀਆਂ ਨੂੰ ਦੂਰ ਕਰਨ ਦਾ ਮੌਕਾ ਨਹੀਂ ਮਿਲਦਾ। ਬਿਲਕੁਲ ਸਹੀ ਗੱਲ ਭਾਈ ਸਾਹਿਬ ਤੁਸੀਂ ਕਹਿ ਕੇ ਗਏ ਹੋ ਕਿ 11 ਦੀ ਇਲੈਕਸ਼ਨ ਹੋਈ ਹੈ, ਦੇਖੋ ਹੁਣ ਆਪਾਂ ਕਿਹੜੇ ਸਾਲ ਦੇ 'ਚ ਬੈਠੇ ਹਾਂ। ਇਸ ਦੇ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਮੌਜੂਦਾ ਕਾਬਜ਼ ਲੀਡਰਸ਼ਿਪ ਹੈ,
ना तो उन्होंने वालों कोई कोशिश की गई है कि इलैक्शन होनी चाहिए है जी केंद्र के जी लीडरशिप आँदी है जिन्हों के सिस्टम के राही इलैक्शन होनी होंगी है कि लगता है कि वह भी नहीं चाहते कि इलैक्शन समय सिर होलैक्शन समय सिर होगी लीडरशिप तब्दीली आएगी जे कोई नुक्स है तो नुक्स ठीक करने का मौका भी मिलता हूँ जोड़े एक बार आके बैठ गए है वो दहाकों तो बैठे है तो फिर नुक्स जोड़े कि दूर हो गए सो रल मिल के जरा बेड़ागर करने के सारे जिम्मेवार है बिल्कुल तो जिवें तुसीं कहा कि 2011 तो बाद इलैक्शन नहीं हुई तो किस तरीके दे नाल प्रधान ला दिते जांदे ने सैकटरी ला दिते जांदे ने मैंबर किवें किवें उहदे ते तैनात कर दिते जांदे ने कि साडा जिहड़ा हैगा निगार इस तरीके नाल वध गया कि साडे तां जिहड़े श्री अकाल तख्त साहिब दे जथेदार ने उहनां नूं वी कार्यकारी जथेदार दा अहुदा दित्ता गया नवदीप जिस कार्यकारी जथेदार दी तुसीं गल कर रहे हो देखो एक ऐसा मामला हैगा कई बार असीं जिहड़े ਸਾਡੇ ਅਕਾਲੀ ਦਲ ਦੇ ਨੁਮਾਇੰਦੇ ਸਾਡੇ ਪ੍ਰੋਗਰਾਮਾਂ 'ਚ ਕਦੇ ਡਿਬੇਟ ਜਾਂ ਹੋਰ ਇਸ਼ੂਜ਼ 'ਤੇ ਆਉਂਦੇ ਰਹੇ ਹੈ ਬਹਿਸਾਂ ਵੀ ਹੁੰਦੀਆਂ ਨੇ ਮੁੱਦਿਆਂ ਨੂੰ ਲੈ ਕੇ ਅਕਸਰ ਇਹ ਸਵਾਲ ਉੱਠਦਾ ਹੈ ਕਿ ਜੇ ਤੁਸੀਂ ਸਿੰਘ ਸਾਹਿਬ ਜਿਹੜੇ ਅਕਾਲ ਤਖਤ ਦੇ ਜਥੇਦਾਰ ਹੈ ਉਹਨਾਂ ਨੂੰ ਕਾਰਜਕਾਰੀ ਰੱਖਿਆ ਸਮਝ ਨਹੀਂ ਲੱਗਦੀ ਕਿ ਕਿਉਂ ਕਾਰਜਕਾਰੀ ਰੱਖਿਆ ਉਹਨਾਂ ਦੀ ਪੂਰੇ ਤੌਰ 'ਤੇ ਇੱਕ ਜਥੇਦਾਰ ਦੇ ਤੌਰ 'ਤੇ ਨਿਯੁਕਤੀ ਕਿਉਂ ਨਹੀਂ ਕੀਤੀ ਗਈ ਕੀ ਇਮਤਿਹਾਨ ਉਹਨਾਂ ਤੋਂ ਪਾਸ ਕਰਾਉਣਾ ਹੈ ਜਾਂ ਉਹਨਾਂ ਦੇ ਮੁਤਾਬਕ ਹੋਣਾ ਇਹਦੇ ਪਿੱਛੇ ਸਵਾਲ ਇਸ ਕਰਕੇ ਵੀ ਉੱਠਦੇ ਹੈ ਕਿ ਜਿਹੜੀ ਮੌਜੂਦਾ ਲੀਡਰਸ਼ਿਪ ਹੈ ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਾਰੇ 'ਚ ਮੈਂ ਪਿਛਲੇ ਇੱਕ ਅੱਧੇ ਦਿਨ ਪਹਿਲਾਂ ਜਿਹੜੇ ਅਕਾਲੀ ਦਲ ਦੀ ਲੀਡਰਸ਼ਿਪ ਦੇ ਕਿਸੇ ਨੇਤਾ ਦੀ ਗੱਲ ਸੁਣ ਰਿਹਾ ਸੀ ਉਹ ਕਹਿੰਦੇ ਜੀ ਸਾਡੇ ਬਾਰੇ ਕਹਿੰਦੇ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਅਕਾਲੀ ਦਲ ਦਾ ਦਖਲ ਹੈ ਉਹ ਕਹਿੰਦੇ ਜੀ ਜਿੱਤੇ ਵੀ ਸਾਡੇ ਨੁਮਾਇੰਦੇ ਹੈ ਤਾਂ ਫਿਰ ਸਾਡਾ ਦਖਲ ਤਾਂ ਹੋਏਗਾ ਹੀ ਨਾ ਕਿਉਂਕਿ ਅਕਾਲੀ ਦਲ ਦੀ ਹਮਾਇਤ ਦੇ ਨਾਲ ਜਿਹੜਾ ਹੈਗਾ ਉਹ ਮੈਂਬਰ ਬਣਿਆ ਤਾਂ ਇਸ ਕਰਕੇ ਦਖਲ ਸਾਡਾ ਸੁਭਾਵਿਕ ਹੈ ਫਿਰ ਇਹ ਵੀ ਲੱਗਦਾ ਕਿ ਜਿੱਦਾਂ ਕਾਰਜਕਾਰੀ ਜਥੇਦਾਰ ਦੀ ਨਿਯੁਕਤੀ ਪੂਰੇ ਤੌਰ 'ਤੇ ਕਿਉਂ ਨਹੀਂ ਕੀਤੀ ਜਾ ਰਹੀ ਫਿਰ ਇਹੀ ਕਿਹਾ ਜਾ ਸਕਦਾ ਕਿ ਜਿਹੜੀ ਅਕਾਲੀ ਲੀਡਰਸ਼ਿਪ ਹੈ ਉਹਨੂੰ ਲੱਗਦਾ ਜੇ ਟੈਂਪਰੇਰੀ ਅਹੁਦਾ ਰੱਖਾਂਗੇ ਤਾਂ ਸ਼ਾਇਦ ਸਾਡੇ ਕਹਿਣੇ ਮੁਤਾਬਕ ਚੱਲਣਗੇ ਇਹੋ ਜਿਹੇ ਬਹੁਤ ਸਾਰੇ ਜਿਹੜੇ ਨੁਕਸ ਹੈ ਬਹੁਤ ਸਾਰੇ ਇਸ਼ੂ ਹੈਗੇ ਹੈ ਜਿਨ੍ਹਾਂ ਨੂੰ ਲੈ ਕੇ ਮਾਮਲੇ ਉੱਠਦੇ ਆ ਜਦੋਂ ਆਪਾਂ ਪੰਥਕ ਮੁੱਦਿਆਂ ਦੀ ਵੀ ਗੱਲ ਕਰਦੇ ਹਾਂ ਪੰਥਕ ਮੁੱਦਿਆਂ ਦੇ ਉੱਤੇ ਵੀ ਪਿਛਲੇ ਦਿਨਾਂ 'ਚ ਹੁੰਦੀ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਬੜਾ ਵੱਡਾ ਮੁੱਦਾ ਹੈ ਉਹ ਮੁੱਦਾ ਵੀ ਉਠਾਇਆ ਗਿਆ ਜਿਹਦਾ ਆਪਾਂ ਪਹਿਲਾਂ ਵੀ ਜ਼ਿਕਰ ਅਕਸਰ ਕਰਦੇ ਰਹਿੰਦੇ ਹਾਂ ਉਹ ਮੁੱਦਾ ਜੇ ਤਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਉਠਾਉਂਦੇ ਹੋ ਤਾਂ ਚੰਗੀ ਗੱਲ ਉਹਦਾ ਸਵਾਗਤ ਕਰਨ ਯੋਗ ਹੈ ਇਸ ਇਸ਼ੂ ਦੇ ਉੱਤੇ ਫਿਰ ਜੇ ਇਸ ਗੱਲ ਲਈ ਉਠਾਉਂਦੇ ਹੈ ਕਿ ਇਹਦੇ ਲਈ ਵੋਟਾਂ ਕਿੱਦਾਂ ਹਾਸਲ ਕੀਤੀਆਂ ਜਾ ਸਕਦੀਆਂ ਤਾਂ ਫਿਰ ਇਹਦੀ ਤੁਹਾਡੇ ਆਲੋਚਨਾ ਤਾਂ ਹੋਏਗੀ ਹੋਏਗੀ ਨਾ ਇਸ ਇਸ਼ੂ 'ਤੇ ਇੱਥੋਂ ਹੀ ਪਤਾ ਲੱਗਦਾ ਕਿ ਤੁਹਾਡੀ ਨੀਤ ਕਿਸ ਨੀਅਤ ਨਾਲ ਤੁਸੀਂ ਗੱਲ ਕਰ ਰਹੇ ਜੀ ਬਿਲਕੁਲ ਤਾਂ ਸਿੱਧੂ ਸਾਹਿਬ ਉੱਥੇ ਹੀ ਇੱਕ ਗੱਲ ਹੋਰ ਹੈ ਕਿ ਐਸ ਜੀ ਪੀ ਸੀ ਪ੍ਰਧਾਨ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਗੁਰੂ ਘਰਾਂ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਜਿਹੜੇ ਨੇ ਉਹ ਬੋਰਡ ਲੱਗਣਗੇ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਕਿਹੜੇ ਸਾਡੇ ਬੰਦੀ ਸਿੰਘ ਨੇ ਤਾਂ ਮਤਲਬ ਕਿ ਉਹਨਾਂ ਲਈ ਵੀ ਇੱਕ ਸਵਾਲ ਹੈ ਕਿ ਲੋਕਾਂ ਨੂੰ ਜ਼ਰੂਰ ਪਤਾ ਹੈ ਪਰ ਹੁਣ ਤੱਕ ਨੇ ਜਿਹੜੇ ਐਸ ਜੀ ਪੀ ਸੀ ਅੱਖਾਂ ਬੰਦ ਕਰਕੇ ਬੈਠੇ ਹੋਏ ਸੀ ਅਤੇ ਸ਼੍ਰੋਮਣੀ ਅਕਾਲੀ ਦਲ ਅੱਖਾਂ ਬੰਦ ਕਰਕੇ ਬੈਠਾ ਹੋਇਆ ਸੀ ਕਹਿੰਦੇ ਆ ਕਿ ਵੀ ਠੀਕ ਹੈ ਤੁਸੀਂ ਬੋਰਡ ਲਗਾ ਲਓ ਤਸਵੀਰਾਂ ਲਗਾ ਲਓ ਇਹਦੇ 'ਤੇ ਕਿਸੇ ਨੂੰ ਇਤਰਾਜ਼ ਨਹੀਂ ਹੋ ਸਕਦਾ ਸਵਾਲ ਇਹ ਹੈ ਕਿ ਜਿੱਦਾਂ ਆਪਾਂ ਕਹਿੰਦੇ ਕਿ ਤੁਸੀਂ ਕੀ ਕਰ ਰਹੇ ਹੋ ਸ਼੍ਰੋਮਣੀ ਅਕਾਲੀ ਦਲ ਲੰਬਾ ਸਮਾਂ ਸੱਤਾ ਦੇ 'ਚ ਰਿਹਾ ਹੁਣ ਬੇਸ਼ੱਕ ਭਾਜਪਾ ਦੇ ਨਾਲ ਇਹਨਾਂ ਦਾ ਗੱਠਜੋੜ ਨਹੀਂ ਰਿਹਾ ਭਾਜਪਾ ਅਤੇ ਅਕਾਲੀ ਦਲ ਜਿਹੜੇ ਹੈਗੇ ਆ ਸੱਤਾ ਦੇ 'ਚ ਰਲ ਕੇ ਇੰਨਾ ਲੰਬਾ ਸਮਾਂ ਰਹੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਉਦੋਂ ਕਿਉਂ ਨਹੀਂ ਉਠਾਇਆ ਗਿਆ ਇਸੇ ਕਰਕੇ ਕਿਹਾ ਜਾਂਦਾ ਨਵਦੀਪ ਕਿ ਜਦੋਂ ਅਕਾਲੀ ਦਲ ਵਿਰੋਧੀ ਧਿਰ 'ਚ ਆਉਂਦਾ ਤਾਂ ਉਹਨੂੰ ਪੰਥਕ ਮੁੱਦੇ ਚੇਤੇ ਆਉਂਦੇ ਜਦੋਂ ਤੁਸੀਂ ਸੱਤਾ 'ਚ ਬੈਠੇ ਰਹੇ ਸੀ ਭਲੇਮਾਨ ਸੋ ਉਸ ਵੇਲੇ ਤੁਸੀਂ ਕਿਉਂ ਨਹੀਂ ਇਹ ਮਾਮਲੇ ਉਠਾਏ ਹੁਣ ਜੋ ਅੱਜ ਇਸ ਮੁੱਦੇ ਦੀ ਗੱਲ ਕਰਦਾ ਮੁੱਦਿਆਂ 'ਤੇ ਇਤਰਾਜ਼ ਨਹੀਂ ਹੈ ਜਿੱਦਾਂ ਮੈਂ ਕਿਹਾ ਕਿ ਕਿਸੇ ਦੀ ਨੀਅਤ ਦੇ ਵਿੱਚ ਖੋਟ ਨਹੀਂ ਹੋਣਾ ਚਾਹੀਦਾ ਜੇ ਸੱਤਾ ਹਾਸਲ ਕਰਨ ਦੇ ਲਈ ਜਿੱਦਾਂ 1984 ਦਾ ਕਤਲੇਆਮ ਬਹੁਤ ਵੱਡੀ ਮੰਦਭਾਗੀ ਘਟਨਾ ਇੱਦਾਂ ਦਰਬਾਰ ਸਾਹਿਬ 'ਤੇ ਹਮਲਾ ਇਹ ਤੋਂ ਵੱਡੀ ਮੰਦਭਾਗੀ ਘਟਨਾ ਸਾਡੇ ਲਈ ਕੀ ਹੋ ਸਕਦੀ ਹੈ ਪਰ ਇਹਨਾਂ ਮੁੱਦਿਆਂ ਨੂੰ ਤੁਸੀਂ ਕੇਵਲ ਇਸ ਗੱਲ ਹੀ ਇਸਤੇਮਾਲ ਕਰੋਗੇ ਸੱਤਾ ਕਿਵੇਂ ਹਾਸਲ ਕੀਤੀ ਜਾ ਸਕਦੀ ਹੈ ਫਿਰ ਸਵਾਲ ਤਾਂ ਨਵਦੀਪ ਉੱਠਣਗੇ ਨਾ ਜੀ ਬਿਲਕੁਲ ਅਤੇ ਕਾਲਰ ਫਿਰ ਸਾਡਾ ਪਾਠ ਜੀ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਮੈਡਮ ਸਤਿ ਸ਼੍ਰੀ ਅਕਾਲ ਗੁਪਤਾ ਸਾਹਿਬ ਸਤਿ ਸ਼੍ਰੀ ਅਕਾਲ ਭਾਈ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਂ ਦੋ ਪੁਆਇੰਟ ਨੇ ਮੇਰੇ ਜੀ ਪਹਿਲਾ ਪੁਆਇੰਟ ਹੈ ਕਿ ਇਸ ਮਾਨ ਸਰਕਾਰ ਛੱਠੀ ਮੱਛੀ ਨੂੰ ਹੱਥ ਪਾਇਆ ਬੜੀ ਮੱਛੀ ਕੱਪੜ ਜਾਏਗੀ ਅਤੇ ਚੰਡੀਗੜ੍ਹ ਦੇ ਰਾਊਂਡ ਜੋ ਜ਼ਮੀਨਾਂ ਹੈ ਸ਼ਰੇਕਣ ਜਾਏਗੀ ਅਤੇ ਹੋਟਲ ਕਬ ਇਨਕੁਆਇਰੀ ਬੈਠੇਗੀ ਅਤੇ ਦੂਜਾ ਪੁਆਇੰਟ ਇਹ ਹੈ ਕਿ ਮੋਦੀ ਸਰਕਾਰ ਸਰਵੇਟ ਕਰੀਏ ਮੇਰੇ ਵਕਤ ਕੋਈ ਨਹੀਂ ਹੈ ਸਭ ਅੰਦਰ ਕਰਦੇ ਉਹਨੇ ਈਜ਼ੀ ਕੇ ਸੱਤ ਬਾਈ ਦਿਸ ਇਜ਼ ਡੈਮੋਕ੍ਰੇਸੀ ਔਰ ਡਿਕਟੇਟਰਸ਼ਿਪ ਅਗਰ ਮਾਨ ਸਰਕਾਰ ਚੰਡੀਗੜ੍ਹ ਰਾਊਂਡ ਜ਼ਮੀਨ ਛੁਡਾਏਗੀ ਤਾਂ ਕਰਜ਼ਾ ਪੰਜਾਬ ਕਾ ਲੈ ਜਾਏਗਾ ਜੀ ਜੀ
ਬਹੁਤ ਬਹੁਤ ਧੰਨਵਾਦ ਸਾਡਾ ਜੁੜੇ ਅਗਲੇ ਕਾਲਰ ਦੇ ਨਾਲ ਵੀ ਬਣਾ ਕੇ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਬੰਦੇ ਜਗਤਾਰ ਸਿੰਘ ਜੀ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਹਾਂਜੀ ਮੇਰਾ ਮੈਂ ਸੁਣ ਰਿਹਾ ਸੀ ਤੁਹਾਡਾ ਟਾਕ ਸ਼ੋ ਕਾਲਰਾਂ ਨੇ ਵਧੀਆ ਦੱਸਿਆ ਮੇਰੇ ਤਾਂ ਵਿਚਾਰ ਇਹ ਹੈ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਇਹਨਾਂ ਦੇ ਵਿੱਚ ਜਿਹੜਾ ਵਿਵਾਦ ਚੱਲ ਰਿਹਾ ਇਹ ਜਿਹੜਾ ਜਥੇਦਾਰ ਦਾ ਅਹੁਦਾ ਇਹ ਸਰਬ ਉੱਚਾ ਅਹੁਦਾ ਕਿਉਂਕਿ ਧਰਮ ਦਾ ਸਭ ਤੋਂ ਉੱਚਾ ਅਹੁਦਾ ਸਾਡੇ ਸਿੱਖ ਧਰਮ ਦਾ ਪਰ ਅਕਾਲੀ ਦਲ ਜਦੋਂ ਪੂਰੀ ਤਰ੍ਹਾਂ ਗਲਤ ਬੰਦਿਆਂ ਦੇ ਹੱਥ ਚ ਜਾ ਕੇ ਪਿਛਲੇ 10-20 ਸਾਲ ਦੇ ਵਿੱਚ ਆਪਣੀ ਹੋਂਦ ਨੂੰ ਗਵਾ ਗਿਆ ਉਹ ਗਵਾਚੀ ਹੋਈ ਹੋਂਦ ਨੂੰ ਤੁਸੀਂ ਧਰਮ ਦੇ ਜ਼ਰੀਏ ਬਰਕਰਾਰ ਕਰਨਾ ਮੰਗਦੇ ਆ ਤਾਂ ਉਹ ਮੈਥੇਮੈਟੀਕਲੀ ਮਾਈਨਸ ਹੋ ਜੂਗੀ ਚਾਹੇ ਕੋਈ ਵੀ ਬੰਦਾ ਇਹਦੇ ਉੱਤੇ ਵਿਚਾਰ ਜਿੱਦਾਂ ਤੁਹਾਡੇ ਤੁਸੀਂ ਦੱਸ ਰਹੇ ਸੀ ਆਲੀਆਲ ਸਾਹਿਬ ਉਹ ਜਾਂ ਮਤਲਬ ਉਹਨੇ ਦਿੱਤੇ ਆ ਵਿਚਾਰ ਠੀਕ ਆ ਉਹ ਜੇ ਬੰਦੇ ਇਮੋਸ਼ਨਲ ਹੋ ਕੇ ਦੇਣਗੇ ਪਰ ਉਹਨਾਂ ਦੀ ਕਦਰ ਨਹੀਂ ਹੋਣੀ ਕਿਉਂਕਿ ਜਿਹੜੀ ਜਿਹੜੀ ਉੱਤੇ ਕੁੰਡਲੀ ਮਾਰੀ ਹੋਈ ਹੈ ਨਾ ਕੈਪੀਟਲ ਸਿਸਟਮ ਵਾਂਗੂ ਇਹਨਾਂ ਲੋਕਾਂ ਦੀ ਉਹ ਹੁਣ ਜਥੇਦਾਰ ਸਾਹਿਬ ਨੂੰ ਪੁੱਛਣ ਵਾਲਾ ਹੋਵੇ ਕੋਈ ਬੰਦਾ ਜੇ ਕੈਨੇਡਾ ਵਰਗਾ ਦੇਸ਼ ਹੋਵੇ ਇੱਥੇ ਤਾਂ ਪੁੱਛ ਲਈਏ ਅਸੀਂ ਤਾਂ ਦੂਰ ਬੈਠੇ ਹਾਂ ਵੀ ਤੂੰ ਪਿਛਲੇ 10 ਸਾਲ ਜਦੋਂ ਵੀ ਤੂੰ ਹੈ 10 ਸਾਲ ਦੇ ਵਿੱਚ ਕਿਸੇ ਜਥੇਦਾਰ ਨੇ ਬਿਆਨ ਨਹੀਂ ਦਿੱਤਾ ਹੁਣ ਕਿਉਂ ਦੇ ਰਹੇ ਹਾਂ ਕਿਉਂਕਿ ਉਹ ਸਾਫ਼ ਦਿਖਾਈ ਦਿੰਦਾ ਕਿ ਇਹਨਾਂ ਦੇ ਪਿੱਛੇ ਉਹੀ ਤਾਕਤ ਜਿਹੜੀ ਕੰਮ ਕਰਦੀ ਹੈ ਔਰ ਉਹ ਜੇਬ ਚੋਂ ਕੱਢੇ ਹੋਏ ਜਥੇਦਾਰ ਹੈ ਨਹੀਂ ਤਾਂ ਜਿਹੜਾ ਧਰਮ ਹੁੰਦਾ ਕੋਈ ਵੀ ਧਰਮ ਹੋਵੇ ਧਰਮ ਦੀ ਤਾਂ ਰਿਐਲਿਟੀ ਸੱਚਾਈ ਹੈ ਸੱਚ ਨੂੰ ਤਾਂ ਕਿਸੇ ਵੀ ਐਵੀਡੈਂਸ ਦੀ ਲੋੜ ਨਹੀਂ ਖਾਸ ਕਰਕੇ ਅਸੀਂ ਸਿੱਖ ਹਾਂ ਸਾਡੇ ਧਰਮ ਦੇ ਵਿੱਚ ਤਾਂ ਗੁਰੂ ਸਾਹਿਬ ਨੇ ਹਮੇਸ਼ਾ ਵਾਸਤੇ ਕਿਹਾ ਵੀ ਜਦੋਂ ਸੱਚ ਨਾ ਖੜ ਗਏ ਤਾਂ ਤੁਹਾਨੂੰ ਕੋਈ ਐਵੀਡੈਂਸ ਦੇਣ ਦੀ ਲੋੜ ਨਹੀਂ ਐਵੀਡੈਂਸ ਉਦੋਂ ਦਿੱਤਾ ਜਾਂਦਾ ਜਦੋਂ ਬੰਦਾ ਰਾਜਨੀਤੀ ਖੇਡਦਾ ਪੋਲੀਟਿਕਸ ਖੇਡਦਾ ਸੋ ਇਹ ਜਿਹੜੀ ਇਹਨਾਂ ਦੀ ਜਿਹੜੀ ਇਹ ਸਾਜਿਸ਼ ਚਲਾਈ ਹੋਈ ਹੈ ਇਹ ਕਾਮਯਾਬ ਨਹੀਂ ਹੋਣੀ ਕਿਉਂਕਿ ਅਕਾਲੀ ਦਲ ਤਾਂ ਹਮੇਸ਼ਾ ਸਾਡੀ ਉਹ ਜਿਵੇਂ ਤੁਸੀਂ ਦੱਸ ਰਹੇ ਹਾਂ ਕਿ ਸਾਡੀ ਕੁਰਬਾਨੀਆਂ ਭਰੀ ਪਾਰਟੀ ਹੈ ਪਰ ਕੁਰਬਾਨੀਆਂ ਭਰੀ ਪਾਰਟੀ ਦੇ ਵਿੱਚ ਜਿੱਦਾਂ ਕਿਸੇ ਫਾਦਰ ਦਾ ਇੱਕ ਨਸ਼ਾਈ ਪੁੱਤਰ ਉਹਦੇ ਸਾਰੀ ਖਾਨਦਾਨ ਨੂੰ ਤਬਾਹ ਕਰ ਦਿੰਦਾ ਉਸੇ ਤਰ੍ਹਾਂ ਇਹ ਲੋਕ ਜਿਹੜੇ ਆ ਇਹ ਸਾਡੇ ਧਰਮ ਨੂੰ ਵੀ ਖਤਮ ਕਰ ਰਹੇ ਆ ਸਾਡੀ ਜਿਹੜੀ ਪੱਗ ਦੀ ਐਸ਼ੋ ਉਤਸ਼ਾਹ ਆ ਉਹਨੂੰ ਵੀ ਥੱਲੇ ਲਿਆ ਰਹੇ ਆ ਕੋਈ ਤੁਸੀਂ ਮੈਨੂੰ ਦੱਸੋ ਵੀ ਕੋਈ ਕਿਤੇ ਵੀ ਜਾ ਕੇ ਅਸੀਂ ਆਪਣਾ ਕੋਈ ਸਟੈਂਡ ਕਰ ਸਕਦੇ ਹਾਂ ਅਸੀਂ ਬਾਹਰ ਬੈਠੇ ਲੋਕ ਜਦੋਂ ਕਿਸੇ ਨਾਲ ਦੂਸਰੀ ਕੌਮ ਦੇ ਨਾਲ ਗੱਲ ਕਰਦੇ ਹਾਂ ਤਾਂ ਉਹ ਸਾਨੂੰ ਇਹੀ ਕੁਐਸਚਨ ਕਰਦੇ ਆ ਵਾਈ ਯੂ ਟ੍ਰਬਲ ਐਵਰੀ ਡੇ ਫੋਰ ਥਰੂ ਦਟ ਰਿਲੀਜਨ ਵਾਈ ਹੁਣ ਵਾਈ ਦਾ ਅਸੀਂ ਆਂਸਰ ਕੀ ਦਈਏ ਅਸੀਂ ਤਾਂ ਉਸ ਆਂਸਰ ਨਹੀਂ ਦੇ ਸਕਦੇ ਸੋ ਮੇਰੇ ਤਾਂ ਇਹੀ ਵਿਚਾਰ ਹੈ ਕਿ ਜਿਹੜਾ ਇਹਨਾਂ ਇਹ ਜਿਹੜੀ ਪਲੇ ਕਰਦੇ ਆ ਗੇਮ ਇਹ ਪਲੇ ਇਹਨਾਂ ਦੀ ਹੋਣੀ ਨਹੀਂ ਕਿਉਂਕਿ ਧਰਮ ਇੱਕ ਹੋਰ ਚੀਜ਼ ਹੈ ਪੋਲੀਟਿਕਸ ਰਾਜਨੀਤੀ ਇੱਕ ਹੋਰ ਚੀਜ਼ ਹੈ ਸੋ ਜਿੰਨਾ ਚਿਰ ਇਹ ਧਾਰਮਿਕ ਤੌਰ ਤੇ ਮੂਹਰੇ ਲੱਗ ਕੇ ਪੋਲੀਟਿਕਸ ਕਰਨਗੇ ਫਿਰ ਇਹ ਕਿਤੇ ਜਿੱਤ ਪ੍ਰਾਪਤ ਹੋਊਗੀ ਸੋ ਪੋਜ਼ਿਟਿਵ ਰਹਿਣਾ ਚਾਹੀਦਾ ਆਉਣਗੇ ਬੰਦੇ ਜੋ ਇਸ ਕਮਾਂਡ ਨੂੰ ਸਾਂਭਣਗੇ ਸੋ ਥੈਂਕ ਯੂ ਤੁਹਾਡਾ ਸਮਾਂ ਦੇਣ ਦਾ ਧੰਨਵਾਦ ਮੇਰੇ ਵੱਲੋਂ ਥੈਂਕਸ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਤਾਂ ਸੰਭਵ ਸਾਡੇ ਕੋਲ ਸਿਰਫ ਇੱਕ ਮਿੰਟ ਦਬਾ ਕੇ ਰਹਿ ਗਿਆ ਸਿੱਧੂ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਚੰਦ ਸਾਹਿਬ ਨਵਦੀਪ ਜੋ ਇਹਨਾਂ ਨੇ ਗੱਲ ਕੀਤੀ ਹੈ ਆਪਾਂ ਸਾਰੀ ਇਸ਼ੂ 'ਤੇ ਜਿੰਨਾ ਡਿਸਕਸ਼ਨ ਕੀਤੀ ਹੈ ਜਾਂਦੇ ਹੋਏ ਜਿਹੜੀ ਗੱਲ ਕਹਿ ਕੇ ਗਏ ਕਿ ਬਦਲਾਵ ਤਾਂ ਆਏਗਾ ਬੜਾ ਪੋਜ਼ਿਟਿਵ ਜਿਹੜੀ ਗੱਲ ਹੈਗੀ ਹੈ ਪਰ ਇੱਕ ਸਮੇਂ ਦੇ ਲਿਹਾਜ਼ ਨਾਲ ਛੋਟੀ ਜਿਹੀ ਗੱਲ ਮੈਂ ਹੋਰ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਨਾ ਚਾਹਾਂਗਾ ਸਿੱਧੂ ਮੂਸੇਵਾਲਾ ਨੂੰ ਪਾਕਿਸਤਾਨ ਦੇ ਅੰਦਰ ਇੱਕ ਮੰਤਰੀ ਪੱਧਰ 'ਤੇ ਵਾਰਡ ਅੰਮ੍ਰਿਤਾ ਪ੍ਰੀਤਮ ਤੋਂ ਬਾਅਦ ਆ ਉਹ ਦੂਜਾ ਵਾਰਡ ਹੈ ਜਿਹੜਾ ਕਿਸੇ ਇੱਧਰ ਵੱਸਦੇ ਪੰਜਾਬੀ ਨੂੰ ਦਿੱਤਾ ਦੇਖੋ ਕਿ ਜਿਹੜੇ ਗੀਤਕਾਰ ਹੈ ਚਾਹੇ ਅੰਮ੍ਰਿਤਾ ਪ੍ਰੀਤਮ ਹੈ ਸਿੱਧੂ ਮੂਸੇਵਾਲਾ ਹੋਰ ਸਾਡੇ ਬੜੇ ਨਾਮਵਾਰ ਗੀਤਕਾਰ ਹੈ ਦੁਨਿਆਵੀ ਪੱਧਰ 'ਤੇ ਕਿੱਦਾਂ ਪੰਜਾਬੀਆਂ ਦਾ ਨਾਂ ਉੱਚਾ ਕਰਦੇ ਆ ਜੀ ਬਿਲਕੁਲ ਅਤੇ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਆ ਅਤੇ ਸਿੱਧੂ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਤਰੀਕੇ ਦੇ ਨਾਲ ਤੁਸੀਂ ਸਾਰੇ ਹੀ ਸਵਾਲਾਂ ਦੇ ਜਵਾਬ ਦਿੱਤੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜਦੇ ਹੋ ਆਪਣਾ ਪੱਖ ਰੱਖਦੇ ਹੋ ਕਈ ਸਵਾਲ ਕਰਦੇ ਹੋ ਕੋਸ਼ਿਸ਼ ਕਰਦੇ ਹੁੰਦੇ ਹੋ ਵਧੀਆ ਸਲੀਕੇ ਦੇ ਨਾਲ ਉਹਨਾਂ ਦੇ ਜਵਾਬ ਦਿੱਤੇ ਜਾਣ ਤਾਂ ਚੰਗਾ ਲੱਗਦਾ ਤੁਸੀਂ ਸਾਡੇ ਨਾਲ ਜੁੜਦੇ ਹੋ ਸੋ ਜੇਕਰ ਕੋਈ ਦਰਸ਼ਕ ਇਸ ਪ੍ਰੋਗਰਾਮ ਨੂੰ ਵੇਖਣ ਕਨੀ ਰਹਿ ਜਾਂਦਾ ਤਾਂ ਮੈਂ ਫਿਰ ਤੋਂ ਦੱਸ ਦਿੰਦੀ ਹਾਂ ਕਿ ਫੇਸਬੁੱਕ 'ਤੇ ਵੀ ਤੁਸੀਂ ਇਸ ਪ੍ਰੋਗਰਾਮ ਨੂੰ ਵੇਖ ਸਕਦੇ ਹੋ ਉੱਥੇ ਵੀ ਆਪਣਾ ਕੋਈ ਸਵਾਲ ਅਤੇ ਸੁਝਾਅ ਹੁੰਦਾ ਉੱਥੇ ਰੱਖ ਸਕਦੇ ਹੋ ਸੋ ਅੱਜ ਤਾਂ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਜੀ ਮਿਲਾਂਗੇ ਆਪਾਂ ਕੱਲ੍ਹ ਕੁਝ ਹੋਰ ਨਵੇਂ ਮਾਮਲਿਆਂ ਦੇ ਨਾਲ ਤਦ ਤੱਕ ਲਈ ਸਾਨੂੰ ਦੋ ਇਜਾਜ਼ਤ ਸਤਿ ਸ਼੍ਰੀ ਅਕਾਲ